ਅਤੇ ਗੋਡੇ ਦੁਖਣ ਲੱਗ ਗਏ ਸਾਰਾ ਦਿਨ, ਘਰ ਦਾ ਕੰਮ ਹੀ ਨਹੀਂ ਲੋਟ ਆਉਂਦਾ। ਮੈਂ ਤਾਂ ਹੁਣ ਚਾਹ ਦੀ ਘੁੱਟ ਬਣਾ ਕੇ ਪੀਵਾਂ, ਸਿਰਜਾ ਵਾਲਾ ਦੁਖੀ ਜਾਂਦਾ ਗਾ, ਕੀ ਕਰਾਂ। ਮਨਜੀਤ ਕੁਰੇ, ਹਾਂ ਇੱਧਰ ਨੂੰ ਹੋ ਕਰਾਂ, ਲੈ ਮੇਰੀ ਗੱਲ ਸੁਣ ਲੈ ਧਿਆਨ ਨਾਲ, ਤੇ ਮੈਨੂੰ ਦੋ ਤਿੰਨ ਤਾਂ ਸ਼ੂਟ ਪਾ ਦੇ ਗੈਂਡੇ ਦੇ ਵਿੱਚ, ਹਾਂ ਤੇ ਨਾਲ ਇੱਕ ਦੋ ਕੱਪੜੇ ਪਰਨੇ ਪੁਰਨੇ ਪਾ ਦੀ, ਤੇ ਮੈਂ ਹੁਣ ਕਈ ਦਿਨ ਨਹੀਂ ਮੁੜਦਾ। ਤੂੰ ਤਾਂ ਖਾਸੇ ਘਬਰਾਇਆ ਜਾ ਲੱਗਦਾ। ਘਬਰਾਇਆ ਤੂੰ ਇਹ ਗੱਲਾਂ ਨਾ ਪੁੱਛ ਮੈਨੂੰ, ਤੂੰ ਜਰਕਤ ਨੇ ਇਹ ਹੁਕਰ ਵੀ ਛੇਤੀ ਦਿਨੇ ਦੋ ਤਿੰਨ ਸ਼ੂਟ ਪਾ ਦੇ ਤੇ ਨਾਲੇ ਦੋ ਪੱਗਾਂ ਪਾ ਦੇ ਵਿੱਚ। ਕੱਪੜੇ ਤਾਂ ਚੱਲ ਮੈਂ ਪਾ ਦੂੰ, ਮੈਨੂੰ ਦੱਸ ਦੇ, ਮੈਨੂੰ ਤਾਂ ਨਹੀਂ ਖੈਰ ਲੱਗਦੀ। ਉਹ ਤੈਂ ਖੈਰ ਤੋਂ ਲੈਣਾ ਕੀ ਹੈ, ਮੈਨੂੰ ਪਤਾ ਕੀ ਗੱਲ ਹੈ, ਮੈਨੂੰ ਚੰਨੀ ਪ੍ਰਧਾਨ ਨੇ ਕੋਈ ਕੰਮ ਕਿਹਾ, ਉੱਥੇ 6-7 ਦਿਨ ਲੱਗਣਗੇ, ਬਸ ਫਿਰ ਉਹ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਮੈਨੂੰ ਜਾਣਾ ਪਊਗਾ। ਮੈਂ ਚੰਨੀ ਪ੍ਰਧਾਨ ਕਿਸੇ ਹੋਰ ਬੰਦੇ ਦੀ ਡਿਊਟੀ ਲਾ ਦੇਵਾਂ, ਤੈਨੂੰ ਚੰਨੀ ਨੇ ਜ਼ਰੂਰ ਤੋਰਨਾ ਸੀਗਾ। ਮੈਨੂੰ ਤਾਂ ਲੱਗਦਾ ਮੈਨੂੰ ਚੰਨੀ ਵਾਲੀ ਗੱਲ ਕਰਨੀ ਪੁੱਛਦੇ ਮੱਥੇ। ਕੀ ਗੱਲਾਂ ਕਰੇਂਗੀ, ਉਹਨੇ ਮੈਨੂੰ ਕਿਸੇ ਉਹਦੇ ਤੇ ਲੈ ਕੇ ਜਾਣਾ, ਤੂੰ ਪੁੱਠੀਆਂ ਵਹਿਮਤਾਂ ਕਿਉਂ ਕਰਦੀ ਹੈ, ਤੂੰ ਜਿੰਨਾ ਛੇਤੀ ਹੋ ਸਕਦਾ ਤੂੰ ਖੜੀ ਹੋ ਤੇ ਜਰਕਤ ਨੇ ਕੱਪੜੇ ਮੈਨੂੰ ਤਿਆਰ ਕਰਕੇ ਦੇ ਦੇ ਕਰਾਂ। ਬੂਵਾ ਮਰ ਜਾ, ਮੈਨੂੰ ਤਾਂ ਲੱਗਦਾ ਦਾਲ ਚ ਕਾਲਾ ਹੈਗਾ, ਜਿਹੜਾ ਤੂੰ ਇੰਨੀ ਤੇਜ਼ੀ ਕਰੀ ਜਾਂਦਾ ਗਾ, ਨਾਲੇ ਤੂੰ ਭਲਾ ਮਾਨਸ ਕਿੱਥੋਂ ਟਿਕਣ ਵਾਲਾ। ਹੁਣ ਤੂੰ ਸਾਰੇ ਪੜਦੇ ਨਾ ਫਰੋਲ, ਹਜੇ ਮੈਂ ਤੈਨੂੰ ਇਹੀ ਕਹਿਣਾ ਵੀ ਤੂੰ ਚੁੱਪ ਕਰਕੇ ਨਾ ਮੇਰੇ ਕੱਪੜੇ ਫੜਾ ਦੇ, ਮੈਨੂੰ ਸੂਟ ਤੋਂ ਦੋ ਤਿੰਨ ਪਾ ਦੇ ਤੇ ਨਾਲ ਕਿਸੇ ਨੂੰ ਦੱਸਣਾ ਨਹੀਂ ਵੀ ਮੇਰੇ ਘਰ ਵਾਲਾ ਕਿੱਥੇ ਗਿਆ ਹੋਇਆ, ਇਹਦਾ ਕਿਸੇ ਨੂੰ ਦੱਸਣਾ ਹੀ ਨਹੀਂ। ਫਿਰ ਮੈਨੂੰ ਲੱਗਦਾ ਜ਼ਰੂਰ ਕੋਈ ਗੜਬੜਾ, ਮੈਨੂੰ ਦੱਸ ਤੂੰ ਮੈਨੂੰ ਨਾ ਮਰਨਾ ਵੀ। ਤੈਨੂੰ ਕੋਈ ਨਹੀਂ ਕੁਛ ਕਹਿੰਦਾ, ਬਸ ਤੂੰ ਇਹ ਗੱਲ ਹੈ ਵੀ ਤੂੰ ਦੱਸਣਾ ਨਹੀਂ, ਤੂੰ ਕਹਿੰਦੀ ਇੱਧਰ ਗਿਆ ਹੋਇਆ ਇੱਧਰ ਗਿਆ, ਮੈਨੂੰ ਤਾਂ ਦੱਸਿਆ ਨਹੀਂ, ਇੱਥੇ ਪਿੰਡ 'ਚ ਹੀ ਹੋਣਾ ਕਿਤੇ। ਬਸ ਫਿਰ ਦੇਖ ਲਈ ਮੈਂ ਤੇਰੀ ਬੱਦਲ ਬਾਈ, ਜ਼ਰੂਰ ਕੋਈ ਨਾ ਕੋਈ ਗੜਬੜਾ, ਗੱਲ ਦਾ ਮੈਨੂੰ ਨਾਲੇ ਪਤਾ ਲੱਗ ਜਾਣਾ ਗਾ, ਜਿਹੜੇ ਮੇਰੇ ਤੋਂ ਤੂੰ ਓਲੇ ਰੱਖ ਦੇਗਾ। ਹੁਣ ਤੈਨੂੰ ਇਹ ਖਚਾਈ ਆਉਂਦੀ ਨਾ ਵੀ ਮੈਂ ਜੇ ਇਹਨੂੰ ਦੱਸਤਾ ਤਾਂ ਮੈਨੂੰ ਨਾ ਛਿੱਤਰੀ ਨਾਲ ਵੰਡਣੀ ਹੈ। ਹੁਣ ਤੂੰ ਮੈਨੂੰ ਮਰਵਾਉਣਾ ਕਿ ਕੀ ਕਰਨਾ? ਮੈਂ ਤੈਨੂੰ ਇਹੀ ਗੱਲ ਕਹਿਣਾ ਵੀ ਮੈਨੂੰ ਚੰਨੀ ਪ੍ਰਧਾਨ ਨੇ ਕੋਈ ਕੰਮ ਕਿਹਾ, ਜੇ ਪ੍ਰਧਾਨ ਦਾ ਮੈਂ ਕੰਮ ਨਾ ਕੀਤਾ ਤਾਂ ਫਿਰ ਮੈਨੂੰ ਵੀ ਉਹ ਚੱਕ ਦੂ। ਅੱਛਾ, ਐਡਾ ਵੱਡਾ ਕੰਮ ਹੋ ਗਿਆ, ਚੱਲ ਕੋਈ ਗੱਲ ਨੀ, ਜਾ ਬਾਬਾ ਗੁਰੂ ਜਾ, 10 ਦਿਨ ਟਿਕੇਗਾ ਤਾਂ ਹੈਗਾ। ਆ ਜਿਹੜਾ ਮੇਰੀ ਜਾਨ ਨੂੰ ਸਿਆਪੇ ਕਰਕੇ ਦਿੱਤਾ ਨਾ, ਚੱਲ ਉਹ ਤਾਂ ਮੈਂ ਆਰਾਮਦਾਰੀ ਕੱਟੂੰਗੀ। ਚੱਲ ਕੋਈ ਗੱਲ ਨੀ, ਕੱਪੜੇ ਮੈਂ ਪੈਕ ਕਰਦੀ ਆ ਤੇ ਚੱਲ ਤੂੰ ਆ ਜਾ। ਹਾਂ ਤੇ ਘੱਟੋ ਘੱਟ ਮੈਂ 6-7 ਦਿਨ ਨਹੀਂ ਮੁੜਦਾ। ਕੋਈ ਨਾ ਕੋਈ ਨਾ, 10 ਦਿਨ ਵੀ ਲੱਗ ਸਕਦੇ ਨੇ। ਹੁਣ ਤੂੰ ਐਂ ਕਰੀ, ਇਹਦੇ ਨਾਲ ਭਾਂਡਾ ਭੰਨ ਦੇ ਕਿਤੇ, ਤੀਵੀਂ ਦਾ ਮੂੰਹ ਬੰਨ ਕੇ ਜਾਈ ਸਮਾਰ ਕੇ, ਵੀ ਦੇਖੀ ਕਿਤੇ ਤੂੰ ਨਾ ਦੱਸੀ ਹੁਣ ਦੁਬਾਰੇ ਫੇਰੇ ਦੇ ਤੇ ਕਲਾਸ ਲਾ ਜੀ ਜਾਂਦੇ ਜਾਂਦਾ। ਉਹ ਪਾ ਤੇ ਲੀੜੇ ਕਿ ਨਾ, ਆਓ ਆਓ, ਚੱਲ ਠੀਕ ਹੈ, ਲੈ ਫੜਾ ਕਰਾਂ ਬੈਗ, ਲੈ। ਚਲੋ ਭਾਈ ਬਹੁਤ ਮਾੜਾ ਕੰਮ ਹੋਇਆ, ਇਹ ਕਿਹੜਾ ਹੁਣ ਕਿਸੇ ਸਾਰੇ ਆ, ਕਰਮਾ ਚੰਗਾ ਕੀ ਸੀਗਾ, ਹੋਰ ਚੁੱਪ, ਮੈਂ ਤਾਂ ਬਣਾਇਆ ਦਾ ਅਸਾਰਾ ਸੀਗਾ, ਉਹ ਬਣਿਆ ਨਹੀਂ ਗਾ ਭਾਈ। ਅਸੀਂ ਕੱਲ ਜੀ ਸ੍ਰੀ ਕਾਲ ਜੀ, ਖੜੇ ਹੋ ਜਾ ਭਾਈ, ਖੜੇ ਹੋ ਜਾ, ਹੋਰ ਠੀਕ ਠਾਕ ਹੈ ਜੀ? ਠੀਕ ਹੈ ਜੀ, ਵਧੀਆ, ਤੁਸੀਂ ਦੱਸੋ? ਹਾਂ ਵਧੀਆ ਜੀ ਵਧੀਆ। ਇਹ ਕੁੱਟੀ ਹੈ ਜਿਹਦਾ ਹਸਬੰਡ ਹੋਇਆ ਉਸ ਪਰ? ਹਾਂਜੀ ਹਾਂਜੀ, ਇਹ ਕੁੱਟੀ ਹੋਈ ਜਮਾ ਬਸ ਨਹੀਂ ਦੱਸ ਕੇ ਜੀ, ਕਹਿੰਦੇ ਹੰਕਾਰੀ ਪੱਟਿਆ ਗਿਆ ਜੀ। ਕੀ ਗੱਲ ਹੋਈ ਗੁੱਡੀ? ਹੋਣਾ ਕੀ ਹੈ ਜੀ, ਸਾਡੀ ਤਾਂ ਬਿੱਕਰ ਨਾਲ ਦੀ ਕੋਈ ਲੜਾਈ ਵੀ ਨਹੀਂ ਸੀਗੀ, ਚੰਨੀ ਨਾਮ ਦਾ ਹੈ ਸਾਡੇ ਪਿੰਡ ਦਾ ਹੀ ਬੰਦਾ, ਬਸ ਉਹਦੇ ਨਾਲ ਜ਼ਮੀਨ ਦਾ ਰੌਲਾ ਜਿਹਾ ਚੱਲਦਾ ਸੀ, ਬਿੱਕਰ ਪਤਾ ਨਹੀਂ ਕਿੱਧਰੋਂ ਆ ਗਿਆ ਤੇ ਦੋਨੇ ਜਣੇ ਆਪਸ ਵਿੱਚ ਝਗੜਦੇ ਝਗੜਦੇ ਇੱਕ ਦੂਜੇ ਨਾਲ ਹੱਥ ਪਾਈ ਹੋਣ ਲੱਗੇ, ਪਤਾ ਨਹੀਂ ਕਲ ਮੂਹੇ ਨੇ ਕਿਹੜੇ ਵੇਲੇ ਗੋਲੀ ਦਾ ਘੋੜਾ ਨੱਪਤਾ। ਕਿੰਨਾ ਟਾਈਮ ਹੋ ਗਿਆ ਚੰਨੀ ਨਾਲ ਝਗੜਾ ਚੱਲਦੇ ਨੂੰ? 2 ਸਾਲ ਹੋ ਗਏ ਜੀ। ਤੇ ਬਿੱਕਰ ਚੰਨੀ ਦਾ ਕੀ ਲੱਗਦਾ? ਦੋਨੇ ਆਪਸ 'ਚ ਦੋਸਤ ਨੇ, ਉਹਦਾ ਰੱਖਿਆ ਵਾ ਸਮਝ ਲਓ ਜੀ, ਬੰਦਾ ਉਹਦੇ ਕੋਲੇ ਰਹਿੰਦਾ 24 ਘੰਟੇ, ਸੱਜੀ ਬਾਹ ਜੇ ਆਪਾਂ ਕਹਿੰਦੇ ਖੱਪੀ ਬਾਹ। ਬਿੱਕਰ ਦਾ ਪੂਰਾ ਨਾਮ ਕੀ ਹੈ? ਬਿੱਕਰ ਸਿੰਘ ਹੀ ਹੈ ਜੀ ਪੂਰਾ ਨਾਮ। ਕੋਈ ਨਹੀਂ ਬੱਚੇ, ਹੌਸਲਾ ਰੱਖ, ਤੈਨੂੰ ਪੂਰੀ ਇਨਸਾਫ ਅਸੀਂ ਦਵਾਵਾਂਗੇ, ਤੈਨੂੰ ਇਨਸਾਫ ਦਵਾਉਣ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ। ਤਾਂ ਹੀ ਤੁਹਾਨੂੰ ਬੁਲਾਇਆ ਜੀ, ਇਹ ਤਾਂ ਗੱਲ ਰਾਹ ਨਹੀਂ ਪੈਂਦੀ, ਮੈਨੂੰ ਪਤਾ ਸੀਗਾ।
ਆਹੀ ਮੈਂ ਤਾਂ ਹੋਣ ਲੱਗ ਤੁਹਾਨੂੰ ਭੇਜਾਂ ਮੈਂ ਮੈਡਮ ਨੂੰ ਭੇਜੂ ਅੱਗੇ ਤਾਂ ਚੱਲ ਆਪਾਂ ਨੂੰ ਨਹੀਂ ਪਤਾ ਸੀਗਾ ਹੁਣ ਤਾਂ ਆਪਣੇ ਬੰਦੇ ਦਾ ਹੀ ਪਤਾ ਹੈਗਾ ਜੀ ਤੂੰ ਕੋਲ ਹੀ ਸੀ ਜਦ ਗੋਲੀ ਵੱਜੀ ਆ ਹਾਂਜੀ ਮੈਡਮ ਜੀ ਮੇਰੇ ਕੋਲ ਹੀ ਸੀ ਸਾਰਾ ਕੁਝ ਮੇਰੇ ਤਾਂ ਹੱਥਾਂ 'ਚ ਜਾਨ ਨਿਕਲੀ ਆ ਕੋਈ ਗੱਲ ਨਹੀਂ ਫਿਕਰ ਨਾ ਕਰ ਜਿੰਨੀ ਤੇਰੀ ਸਾਡੇ ਤੋਂ ਮਦਦ ਹੋਊਗੀ ਅਸੀਂ ਕਰਾਂਗੇ ਬਾਕੀ ਕੋਈ ਵੀ ਗੱਲ ਦੀ ਟੈਨਸ਼ਨ ਨਹੀਂ ਲੈਣੀ ਸਰਪੰਚ ਸਾਹਿਬ ਤੁਹਾਡੇ ਨਾਲ ਹੈ ਪੂਰਾ ਪੁਲਿਸ ਮਹਿਕਮਾ ਤੁਹਾਡੇ ਨਾਲ ਹੈ ਅਦਰਵਾਈਜ਼ ਹੁਣ ਤਾਂ ਤੁਸੀਂ ਉਹਨੂੰ ਭਰ ਲਓ ਜੀ ਕਿਤੇ ਫੜ ਕੇ ਉਹਨੂੰ ਅੰਦਰ ਕਰੋ ਇੰਨਾ ਵੀ ਦਿਨ ਭੱਜੂਗਾ ਬਾਹਰ ਉਹ ਕੋਈ ਗੱਲ ਨਹੀਂ ਮੈਂ ਲਾਉਣੀ ਏ ਐਸ ਆਈ ਦੀ ਡਿਊਟੀ ਅਤੇ ਉਹ ਚੱਕ ਕੇ ਲਿਆਉਂਦਾ ਵਿਕਰ ਨੂੰ ਠੀਕ ਹੈ ਜੀ ਹੌਸਲਾ ਰੱਖੀਦਾ ਹੁੰਦਾ ਗਿਆ ਬੰਦਾ ਵਾਪਸ ਨਹੀਂ ਮੁੜਦਾ ਪੂਰਾ ਇਨਸਾਫ ਦਵਾਵਾਂਗੇ ਤੈਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲ ਕੋਈ ਗੱਲ ਨਹੀਂ ਮੈਂ ਆਪਣਾ ਇਨਸਾਫ ਮਿਲ ਜੂ ਇਹ ਮੈਡਮ ਬਹੁਤ ਤਕੜੀ ਹੈ ਇਹ ਕਿਸੇ ਨੂੰ ਬਖਸ਼ਦੀ ਨਹੀਂ ਉਹਨਾਂ 'ਚ ਤਾਂ ਹੈ ਨਹੀਂ ਵੀ ਦੋ ਪੈਸੇ ਲੈਤੇ ਸਾਈਡ 'ਤੇ ਹੋ ਜੂਗੀ ਇਹ ਪੈਸਾ ਰਿਸ਼ਤੇ 'ਤੇ ਬਹੁਤ ਬਰਖਲਾਪ ਆ ਗਈ ਆਪਣਾ ਕੰਮ ਹੁਣ ਛੇਤੀ ਤੋਂ ਛੇਤੀ ਹੋ ਜੂਗਾ ਹੁਣ ਚਿੰਤਾ ਵਾਲੀ ਗੱਲ ਕੋਈ ਨਹੀਂ ਬਦਲਾ ਤਾਂ ਆਪਾਂ ਨੂੰ ਲੈਣਾ ਹੀ ਪਊਗਾ ਹਾਂ ਭਾਬੀ ਮੈਂ ਵੀ ਇਹੀ ਚਾਹੁੰਦੀ ਹਾਂ ਵੀ ਬਸ ਇੱਕ ਵਾਰੀ ਬਿੱਕਰ ਫੜਿਆ ਜਾਵੇ ਅਤੇ ਰਵੀ ਨੂੰ ਇਨਸਾਫ ਮਿਲ ਜਾਵੇ ਕੋਈ ਗੱਲ ਨਹੀਂ ਭਾਈ ਇੱਕ ਨੂੰ ਆਪਾਂ ਛੇਤੀ ਛੇਤੀ ਫੜਿਆ ਜਾਊਗਾ ਕੋਈ ਗੱਲ ਨਹੀਂ ਤੁਸੀਂ ਕਰੋ ਆਰਾਮ ਮੈਂ ਵੀ ਚੱਲਦਾ ਜਿੰਨਾ ਕੁ ਬਾਹ ਮੇਰੀ ਲੱਗੀ ਮੈਂ ਵੀ ਲਾਉਣਾ ਆਪਾਂ ਛੇਤੀ ਤੋਂ ਛੇਤੀ ਉਹਨੂੰ ਫੜਾ ਦੇਣੀ ਠੀਕ ਹੈ ਅੰਕਲ ਸਾਰਾ ਕੁਝ ਸੈੱਟ ਹੋ ਜੂਗਾ ਆਪਣਾ ਠੀਕ ਹੈ ਹਾਂ ਭਾਬੀ ਉਹਨੂੰ ਕਈ ਦਿਨ ਹੋ ਗਏ ਜੀ ਗਿਆ ਪਰ ਮੈਨੂੰ ਦੱਸ ਕੇ ਨਹੀਂ ਗਏ ਵੀ ਮੈਂ ਕਿੱਥੇ ਜਾ ਰਿਹਾ ਗਾ ਕੀ ਗੱਲ ਬੰਦਾ ਮਾਰ ਕੇ ਬਾਹਰ ਚਲੇ ਗਿਆ ਉਹ ਜੀ ਬੰਦਾ ਨਹੀਂ ਜੀ ਇਹ ਸਭ ਝੂਠਾ ਜੀ ਨਹੀਂ ਜੀ ਉਹ ਤਾਂ ਵਿਚਾਰੇ ਅਜੇ ਹੈ ਹੀ ਨਹੀਂ ਗਏ ਜਿਹੜੇ ਲੋਕਾਂ ਨੇ ਦੇਖਿਆ ਉਹਨੂੰ ਕਤਲ ਕਰਦੇ ਨੂੰ ਉਹ ਕੀ ਲੋਕ ਝੂਠ ਬੋਲਦੇ ਨੇ ਨਹੀਂ ਜੀ ਇਹੋ ਜਿਹਾ ਕੁਛ ਨਹੀਂ ਜੀ ਮੈਡਮ ਸਾਨੂੰ ਕਿਸੇ ਨੇ ਗਲਤ ਫਹਿਮੀ ਪਾਤੀ ਹੈ ਜੀ ਮੇਰੀ ਕੁੜੀ ਦਾ ਵਿਆਹ ਕਢਵਾਉਣਾ ਜੀ ਇਕੱਲੀ ਕੁੜੀ ਹੈ ਮੇਰੇ ਅਸਾਂ ਜੀ ਵਿਆਹ ਦੀਆਂ ਤਿਆਰੀਆਂ 'ਚ ਫਿਰਦੇ ਹਾਂ ਜੇ ਕੁੜੀ ਦਾ ਵਿਆਹ ਕਢਵਾਉਣਾ ਤਾਂ ਲੋਕਾਂ ਨੇ ਬੰਦੇ ਮਾਰਨੇ ਆ ਨਹੀਂ ਜੀ ਇਹ ਕਦੇ ਵਾਸਤੇ ਨਹੀਂ ਹੋ ਸਕਦਾ ਵੀ ਮੇਰਾ ਬੰਦਾ ਕਤਲ ਹੀ ਹੈ ਜੀ ਨਹੀਂ ਜੀ ਸਾਡੇ ਕੋਲ ਸਾਰੇ ਸਬੂਤ ਨੇ ਜਿਹੜੀ ਕੁੜੀ ਦੇ ਘਰ ਵਾਲਾ ਰੀਤ ਦਾ ਕਤਲ ਕੀਤਾ ਅਸੀਂ ਉਹਨਾਂ ਤੋਂ ਹੁਣ ਲਿਖਾ ਕੇ ਲੈ ਕੇ ਆਏਗੇ ਉਹਨਾਂ ਨੇ ਖੁਦ ਦੇਖਾਂ ਨਾਲ ਦੇਖਿਆਗਾ ਨਹੀਂ ਜੀ ਸਾਰੇ ਪਿੰਡ ਦਾ ਡੌਨ ਬਣਿਆ ਪਿਆ ਨਹੀਂ ਜੀ ਮੈਨੂੰ ਕੁਛ ਨੀ ਪਤਾ ਜੀ ਉਹਦੇ ਬਾਰੇ ਸ਼ਾਮ ਤੱਕ ਪੇਸ਼ ਕਰ ਦੋ ਨਹੀਂ ਸਾਰਾ ਚੱਕ ਕੇ ਨਾ ਥਾਣੇ ਅੰਦਰ ਟੱਬਰ ਕਰ ਦੋ ਫਿਰ ਕਰ ਲਈ ਵਿਆਹ ਜਿਹੜਾ ਕਰਨਾ ਕੁੜੀ ਦਾ ਠੀਕ ਹੈ ਜੀ ਪਰ ਮੈਨੂੰ ਪਤਾ ਨੀ ਲੱਗ ਰਿਹਾ ਤੈਨੂੰ ਨੀ ਪਤਾ ਪਰ ਸਾਨੂੰ ਪਤਾ ਲੱਗ ਜਾਣਾ ਮੈਂ ਤਾਂ ਪਤਾਲ ਚੋਂ ਵੀ ਉਹਨੂੰ ਕੱਢ ਲਿਆ ਨਾ ਵਿਕਰਮ ਨੂੰ
ਲੱਗੀ ਸਮਝ ਦੇ ਨਾ ਠੀਕ ਬੰਦੇ ਮਾਰ ਕੇ ਹੁਣ ਉਹ ਪੈਸੇ ਇਕੱਠੇ ਕਰਦਾ ਫਿਰਦਾ ਨਹੀਂ ਜੀ ਮੇਰੀ ਕੁੜੀ ਦਾ ਵਿਆਹ ਹੈ ਜੀ ਅਸੀਂ ਵਿਆਹ ਵਾਸਤੇ ਫਿਰਦੇ ਹਾਂ ਜੀ ਇਹ ਨੀ ਏਦਾਂ ਸੂਤ ਆਉਣੀ ਐਂ ਕਰ ਨੰਬਰ ਲਿਖੇ ਦਾ ਨੰਬਰ ਲਿਖਾ ਆਪਣਾ ਮੈਂ ਤਾਂ ਜੀ ਅਨਪੜ੍ਹ ਹਾਂ ਮੈਨੂੰ ਕੋਈ ਨੰਬਰ ਨੀ ਆਉਂਦਾ ਜੀ ਮੈਂ ਤਾਂ ਅਨਪੜ੍ਹ ਹਾਂ ਜਨਾਬ ਮੈਨੂੰ ਬਖਸ਼ ਦਿਓ ਜੀ ਕੋਈ ਗੱਲ ਨੀ ਅੱਖਣ ਬਿੱਕਰ ਨੂੰ ਲੈ ਕੇ ਪੇਸ਼ ਹੋ ਜਾ ਫਿਰ ਮੈਂ ਦੇਖਦੀ ਹਾਂ ਕਿਹੜੇ ਗੁਜਰਾਤ ਹੋ ਗਿਆ ਮੈਡਮ ਜੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਫੋਨ ਫਾਨ ਲਾਈ ਜਾਂਦੀ ਹਾਂ ਜੀ ਉਦੋਂ ਤਾਂ ਚੰਦਰੇ ਦਾ ਫੋਨ ਵੀ ਬੰਦ ਆਈ ਜਾਂਦਾ ਜੀ ਮੈਨੂੰ ਕੁਛ ਨੀ ਬਿੱਕਰ ਬਾਰੇ ਪਤਾ ਜੀ ਕੋਈ ਗੱਲ ਨੀ ਫੋਨ ਬੰਦ ਕਰਕੇ ਕਿਹੜਾ ਉਹਨੇ ਬਚ ਜਾਣਾ ਲੈ ਤਾਂ ਆਵਾਂਗੇ ਉਹ ਥਾਣੇ ਠੀਕ ਹੈ ਜੀ ਅੱਖਣ ਤੱਕ ਥਾਣੇ ਪਹੁੰਚਣਾ ਚਾਹੀਦਾ ਜੇ ਨਾ ਆਇਆ ਨਾ ਥਾਣੇ ਤਾਂ ਤੈਨੂੰ ਗੁੱਤੋਂ ਫੜ ਕੇ ਲੈ ਕੇ ਜਾਊ ਨਹੀਂ ਜੀ ਨਹੀਂ ਨਹੀਂ ਜੀ ਮੈਨੂੰ ਬਖਸ਼ ਦਿਓ ਜੀ ਇਹ ਕੀ ਹੋਇਆ ਮੈਨੂੰ ਪਤਾ ਨੀ ਸੀਗਾ ਵੀ ਮੇਰੇ ਬੰਦੇ ਸ੍ਰੀ ਕਤਲ ਪੈ ਜਾਣਾ ਮੈਨੂੰ ਤਾਂ ਲੱਗਦਾ ਕੰਜਰ ਨੂੰ ਬੜਾ ਸਮਝਾਇਆ ਸੀ ਅੱਜ ਕੀ ਗੱਲ ਅੱਜ ਤਾਂ ਮੈਨੂੰ ਲੱਗਦਾ ਥੋੜੀ ਜਿਹੀ ਹਵਾ ਚ ਨਿਕਲੀ ਲੱਗਦੀ ਹੈ ਹਵਾ ਨਿਕਲਣੀ ਹੋਈ ਹੈ ਕਿਉਂ ਵੋਟਾਂ ਤੋਂ ਜਵਾਬ ਮਿਲ ਗਿਆ ਵੋਟਾਂ ਤੋਂ ਕੋਈ ਜਵਾਬ ਮਿਲ ਗਿਆ ਜਦੋਂ ਘਰ ਦੇ ਹੀ ਫੂਕ ਕੱਢਣ ਲੱਗ ਜਾਣ ਤਾਂ ਦੂਜਾ ਕਦੋਂ ਜਰਨ ਲੱਗਿਆ ਕਿਉਂ ਘਰਦਿਆਂ ਨੇ ਕੀ ਰਿਹਾ ਕਿਸੇ ਨੇ ਕੁਛ ਕਹਿਤਾ ਤੈਨੂੰ ਘਰਦਿਆਂ ਨੇ ਕੀ ਕਹਿਤਾ ਸਰਪੰਚ ਕੋਲੇ ਕੀ ਧੱਕੇ ਖਾਣ ਗਈ ਸੀ ਉਹਦੇ ਕੋਲੇ ਕੀ ਕਰਨ ਗਈ ਸੀ ਤੂੰ ਸਰਪੰਚ ਕੋਲੇ ਮੈਂ ਤਾਂ ਸਰਪੰਚ ਨੂੰ ਮੱਥੇ ਲਾ ਕੇ ਰਾਜੀ ਨੀ ਤੂੰ ਕਹਿੰਦਾ ਉਹਦੇ ਘਰੇ ਗਈ ਆ ਤੂੰ ਮੇਰਾ ਕੀ ਮਤਲਬ ਉਹਦੇ ਘਰੇ ਜਾਣ ਦਾ ਇਹਦਾ ਮਤਲਬ ਮੈਨੂੰ ਸ਼ੱਕ ਪੈ ਗਿਆ ਪਰ ਉਹਨੀਆਂ ਵਿੱਚੋਂ ਗੱਲਾਂ ਜਿਹੜੀਆਂ ਫੜੀਆਂ ਨੇ ਉਹ ਸਾਰੀਆਂ ਇਹੀ ਗੱਲਾਂ ਕਹਿੰਦਾ ਸੀ ਕਹਿੰਦਾ ਤੇਰੀ ਕੁੜੀ ਜਵਾਨ ਆ ਤੇਰੀ ਕੁੜੀ ਵਿਆਹਣ ਵਾਲੀ ਹੈ ਇਹ ਸਾਰੀਆਂ ਗੱਲਾਂ ਮੈਨੂੰ ਤੇਰੇ ਵਾਲੀਆਂ ਕਈਆਂ ਲੱਗੀਆਂ ਉਹਨੂੰ ਤੂੰ ਮੇਰੀ ਗੱਲ ਸੁਣ ਲੈ ਜਿਵੇਂ ਆਪਾਂ ਘਰੇ ਬੋਲਦੇ ਆ ਕਿਸੇ ਆਂਢ ਗੁਆਂਢ ਨੇ ਗੱਲ ਸੁਣ ਲਈ ਆਪਣੀ ਉਹਨੇ ਕਹਿਤੀ ਉਹ ਸਰਪੰਚ ਨੂੰ ਗੱਲਬਾਤ ਲੋਕ ਤੈਨੂੰ ਪਤਾ ਮਚਰੀ ਤੇ ਫੁਸਪਾਂ ਵਾਲੇ ਨੇ ਸਾਰੀਆਂ ਤੇਰੇ ਵਾਲੀਆਂ ਗੱਲਾਂ ਕਹੀਆਂ ਨੇ ਉਹਨੇ ਹਾਂ ਤੇਰੇ ਜਿਹੜੀਆਂ ਮੈਂ ਕਰੀਆਂ ਸੀ ਗੁਆਂਢ ਵੀ ਸੁਣ ਸਕਦਾ ਗੁਆਂਢ ਨੂੰ ਗੁਆਂਢ ਨੂੰ ਕਿਹਨੂੰ ਪਤਾ ਲੱਗਿਆ ਸਰਪੰਚ ਨੂੰ ਕਹਾ 15 ਘਰ ਪਰੇ ਉਹਨੂੰ ਕਿਹਨੂੰ ਪਤਾ ਲੱਗ ਗਿਆ ਕੰਧਾਂ ਦੇ ਵੀ ਕੰਨ ਹੁੰਦੇ ਨੇ ਮਾੜੀ ਮੋਟੀ ਦਿਮਾਗ ਨਾਲ ਕੰਮ ਗੱਲ ਕਰਿਆ ਕਰ ਤੂੰ ਤੈਨੂੰ ਮੈਂ ਦੱਸਾਂ ਮੇਰੇ ਗੱਲ ਪੈਣ ਜਾਣਦਾ ਨਾਲੇ ਪਤਾ ਸਰਪੰਚ ਨੂੰ ਮੈਂ ਕਿਵੇਂ ਬੁਲਾਉਂਗੀ ਉਹੀ ਸਰਪੰਚ ਜਿਹਨੇ ਆਪਣੇ ਰਾਸ਼ਨ ਕੱਟ ਕਟਾ ਕੇ ਰੱਖਤਾ ਫਿਰ ਉਹਦੇ ਕੋਲ ਗੱਲਾਂ ਕਿਵੇਂ ਬਾਗੀਆਂ ਮੈਨੂੰ ਕਹਿੰਦਾ ਤੂੰ ਸਿਆਣਾ ਬਣ ਤੂੰ ਚੰਨੀ ਪ੍ਰਧਾਨ ਨਾਲ ਨਾ ਤੁਰਿਆ ਕਰ ਚੰਨੀ ਪ੍ਰਧਾਨ ਤੇਰਾ ਪੱਖ ਤਾਂ ਕਰਦਾ ਪਰ ਮੈਂ ਇਹ ਨਹੀਂ ਕਹਿੰਦਾ ਵੀ ਤੂੰ ਮੇਰੇ ਨਾਲ ਸਰਪੰਚੀ ਚ ਬਰਾਬਰ ਖੜਾ ਹੋ ਜਾ ਕਹਿੰਦਾ ਕੋਈ ਦਿੱਕਤ ਨਹੀਂ ਪਰ ਵਿੱਚੋਂ ਕਹਿੰਦਾ ਤੇਰੀ ਧੀ ਮੁਟਿਆਰ ਹੈ ਤੈਨੂੰ ਖਰਚੇ ਕਰਨੇ ਪੈ ਜਾਣਗੇ ਉਹ ਮੈਂ ਆਖਿਆ ਮੇਰੀ ਧੀ ਦਾ ਵਿਆਹ ਮੈਂ ਕਰਨਾ ਤੈਨੂੰ ਕੀ ਫਿਕਰ ਜਿੱਦੇ ਤੈਥੋਂ ਮੰਗਣਾ ਹੈ ਉਹਦੇ ਨਾਂ ਦੇਈ ਤੂੰ ਇਹ ਸਾਰੀਆਂ ਬਹਿਤਾਂ ਫੇਰੀ ਪੱਟੋ ਹਾਂ ਤੇਰੇ ਨਾਲ ਹੀ ਗੱਲ ਕਰਨ ਦੇ ਮਾੜਾ ਮੋਟਾ ਤੂੰ ਗੱਲ ਦੇ ਸੋ ਲਿਆ ਕਰ ਵੀ ਕਿੱਥੋਂ ਗੱਲ ਚੱਲੀ ਹੈ ਕਿੱਥੋਂ ਨਾ ਚੱਲੀ ਹੈ ਹੋ ਸਕਦਾ ਕਿਸੇ ਨੇ ਵਿੱਚੋਂ ਸਿਗੜੀ ਛੇੜਤੀ ਹੋਵੇ ਉਹ ਮੈਨੂੰ ਐ ਤਾਂ ਦੱਸ ਵੀ ਹੋ ਸਕਦਾ ਕਿਹੜਾ ਹੈ ਗੱਲਾਂ ਬਾਤਾਂ ਤਾਂ ਮੈਂ ਤੇਰੇ ਨਾਲ ਕਰਦਾ ਇਹ ਸਾਰੀਆਂ ਦੇ ਸਾਰੀਆਂ ਸਰਪੰਚ ਦੇ ਕੰਨ 'ਚ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦੇ ਕੋਲੇ ਕਿਵੇਂ ਵਾਗੀਆਂ ਤੈਨੂੰ ਮੈਂ ਕਹੇ ਤਾਂ ਹੈਗਾ ਵੀ ਆਂਢ ਗੁਆਂਢ ਨੇ ਕਿਸੇ ਨੇ ਸੁਣ ਲਈ ਆਪਣੀ ਗੱਲਬਾਤ ਨਾਲੇ ਜੈਖਣ ਅੱਗੇ ਆਉਣਾ ਮੇਰੇ ਤਾਂ ਕਿਹੜਾ ਬੋਲ ਸੋਟ ਹੈਗਾ ਮੇਰੀ ਬਾਜੀ ਵੱਡੀ ਹੈ ਅਗਲੇ ਨੂੰ ਆਏ ਹੋ ਜਾਂਦਾ ਵੀ ਲੜੀ ਜਾਂਦੀ ਹੈ ਫਿਰ ਇਹੀ ਹੱਥ ਬੰਨਦਾ ਮੈਂ ਤੇਰੇ ਮੂਹਰੇ ਮੈਨੂੰ ਚੰਨੀ ਪ੍ਰਧਾਨ ਦੇ ਨਾਲ ਜੁੜਿਆ ਰਹਿਣ ਦੇ ਮੈਂ ਬਹੁਤ ਕੁਛ ਕਰਨਾ ਬਹੁਤ ਵੱਡੇ ਵੱਡੇ ਬੰਗਲੇ ਪਾ ਲੈਣੇ ਨੇ ਮੈਂ ਤੂੰ ਇਹ ਗੱਲਾਂ ਨੂੰ ਛੱਡ ਦੇ ਤਾਂ ਐਵੇਂ ਨਾ ਕਹਿ ਵੀ ਤੂੰ ਫੋਕੀ ਹਵਾ ਇਹ ਚੰਨੀ ਪ੍ਰਧਾਨ ਨਾਲ ਜਿਹੜਾ ਬੰਦਾ ਰਲ ਗਿਆ ਉਹ ਸਮਝ ਲਓ ਤਰ ਗਿਆ ਸਹੀ ਗੱਲ ਆ ਹਾਂ ਤੂੰ ਵੀ ਲੋਕਾਂ ਨੇ ਮਗਰ ਲੱਗਦਾ ਨਾ ਜਿਹੜਾ ਜੇ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਇਹ ਰਿਜ਼ਲਟ ਨਿਕਲੂਗਾ
ਤੂੰ ਅੱਖਾਂ ਚੱਕ ਸੁਣ ਦੇ ਕੇ ਰੋਵੇਂਗਾ, ਹਜੇ ਵੀ ਮੇਰੀ ਮੰਨ ਲਾ। ਹੱਦ ਹੋ ਗਈ ਓਏ, ਉਹ ਜਦੋਂ ਦਾ ਮੈਂ ਖੇਤੀਬਾੜੀ ਕਰਦਾ ਸੀ ਮੇਰੇ ਟੁੱਟੇ ਚ ਤਾਂ ਜੋੜੇ ਪਾਏ ਹੁੰਦੇ ਸੀ, ਤੇ ਬਲਦਾਂ ਦੇ ਮਗਰ ਮਗਰ ਮੈਂ ਫਿਰਦਾ ਸੀ। ਜਿੱਦੇ ਦਾ ਮੈਂ ਚੰਨੀ ਨਾ ਰਲੇ ਆ ਉਦੇ ਦੇ ਵਧੀਆ ਤਾਂ ਲੀੜੇ ਪਾਉਣਾ, ਵਧੀਆ ਚਾਰ ਬੰਦੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਵਧੀਆ ਮੈਂ ਉਹਦੇ ਨਾਲ ਤੁਰਦਾ ਫਿਰਦਾ, ਤੇ ਮੇਰੀ ਤਾਂ ਪੂਰੀ ਅਣਖ ਰੜਕ ਬਣ ਗਈ। ਤੇ ਹੁਣ ਜਦ ਜੋ ਮੈਂ ਗਹਾਂ ਉਹਦੇ ਤੇ ਵਗ ਗਿਆ, ਫਿਰ ਤਾਂ ਮੇਰੀ ਹੋਰ ਵੀ ਬੱਲੇ ਬੱਲੇ ਹੋ ਜਾਣੀ ਆ। ਸੱਚੀ ਗੱਲ ਹੈ, ਉਦੋਂ ਤਾਂ ਤੇਰੇ ਸਿਮ ਦਾ ਕੰਠਾ ਪਊਗਾ ਦੇ ਵਿੱਚ ਪੈ ਜਾਣਾ, ਫਿਰ ਜ਼ਿਆਦਾ ਲੋਕ ਤੈਨੂੰ ਸਰਦਾਰ ਜੀ ਸਰਦਾਰ ਜੀ ਪ੍ਰਧਾਨ ਜੀ ਕਹਿ ਕੇ ਬੋਲਣਾ ਕਰਨਗੇ, ਤੇ ਫਿਰ ਤੂੰ ਕਹਿੰਦੇ ਅੱਖਾਂ ਚ ਘਸੁੰਨ ਦੇ ਕੇ ਰੋਇਆ ਕਰੂ, ਮੈਂ ਤਾਂ ਖੁਸ਼ ਹੋਇਆ ਕਰੂ ਜਦੋਂ ਮੇਰੇ ਚਾਰੇ ਪਾਸੇ ਪੈਸੇ ਚ ਐਂ ਜਿੱਗੀ ਤੇ ਭਰੇ ਰਿਆ ਕਰਨਗੇ। ਹਾਂ ਹਾਂ, ਲੋਕਧਾਰੇ ਲੈ ਕੇ ਜਾ ਕਰਨਗੇ ਤੇਰੇ ਤੋਂ ਤਾਂ। ਤੇ ਹੁਣ ਸਾਨੂੰ ਮੇਰੀ ਗੱਲ ਸੁਣ ਲੈ, ਵੀ ਵਾਧਾ ਘਾਟਾ ਤੈਂ ਨਹੀਂ ਕਰਨਾ ਕਿਸੇ ਕੋਲੇ, ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ। ਮੈਨੂੰ ਪਤਾ ਤੂੰ ਮੇਰੇ ਨਾਲ ਕੁੱਤੇ ਖਾਣੀ ਤਾਂ ਬਥੇਰੀ ਕਰਦੀ ਆ, ਪਰ ਲੋਕਾਂ ਨੂੰ ਕੀ ਪਤਾ ਲੱਗ ਜੇ ਵੀ ਇਹ ਲੜਦੀ ਰਹਿੰਦੀ ਹੈ। ਲੋਕ ਤੇਰੇ ਤੇ ਪਹਿਲੀ ਰਾਜੀ ਨਹੀਂ, ਮੈਂ ਤੈਨੂੰ ਤਾਂ ਸਮਝਾਉਣੀ ਆ ਵੀ ਤੇਰੇ ਤੇ ਸਾਰੇ ਖਿਲਾਫ ਨੇ, ਤੇਰੀਆਂ ਵੋਟਾਂ, ਕਿਹੜਾ ਤੂੰ ਪ੍ਰਧਾਨ ਬਣੇਗਾ, ਮੈਂ ਤੈਨੂੰ ਇਸ ਕਰਕੇ ਕਹਿੰਦੀ ਆ ਵੀ ਹਲੇ ਬੰਦਾ ਬਣ ਜਾ ਬਣ ਜਾ। ਉਹ ਬਸ ਕਰ, ਉਹ ਬਸ ਕਰ, ਮੈਨੂੰ ਨੀ ਪਤਾ ਲੱਗਦਾ ਜਦੋਂ ਮੈਨੂੰ ਅੱਗੇ ਤਾਂ ਕਹਿੰਦੇ ਉਹ ਚਾਚਾ, ਜਿਹੜਾ ਅੱਗੇ ਉਹ ਚਾਚਾ ਕਹਿੰਦੇ ਸੀ ਨਾ, ਉਹ ਮੈਨੂੰ ਚਾਚਾ ਜੀ ਸਤਿ ਸ੍ਰੀ ਅਕਾਲ ਐ ਕਹਿੰਦੇ ਨੇ, ਹੁਣ ਇੰਨਾ ਫਰਕ ਪੈ ਗਿਆ ਮੇਰਾ। ਆ ਤੇਰੀ ਸਤਿ ਸ੍ਰੀ ਅਕਾਲ ਮਨ ਬਾਉ ਕਰ ਦੂ, ਆ ਤੇਰੀ ਸਤਿ ਸ੍ਰੀ ਅਕਾਲ, ਤੇਰੀ ਪੱਟੀ ਪੋਚੂ, ਅੱਜ ਕਹਾਲ ਆ ਕੱਲ ਕਹਾਲ ਹੈ, ਸਤਿ ਸ੍ਰੀ ਅਕਾਲ ਫੱਟੀ ਪੋਚੂ, ਤੂੰ ਆਪਦਾ ਦਿਲ ਟਿਕਾਣੇ ਰੱਖ, ਪਰ ਤੂੰ ਹੁਣ ਮੇਰੇ ਖਿਲਾਫ ਨਹੀਂ ਬੋਲ ਸਕਦੀ। ਮੇਰੀ ਗੱਲ ਘਰ ਦੀ ਘਰ ਚ ਹੀ ਰਹਿਣੀ ਚਾਹੀਦੀ ਹੈ ਤੇ ਬਾਹਰ ਨਹੀਂ ਕਰਨੀ ਚਾਹੀਦੀ। ਰਹੀ ਗੱਲ ਹੁਣ ਕੱਲ ਤੋਂ ਮੇਰੇ ਨਾਲ ਬੰਦੇ ਆਉਣੇ ਸ਼ੁਰੂ ਹੋ ਜਾਣਗੇ, ਘਰੇ ਮੀਟਿੰਗਾਂ ਕਰਿਆ ਕਰਾਂਗੇ ਤੇ ਉਹਨਾਂ ਨੂੰ ਚਾਹ ਪਾਣੀ ਦਾ ਤੈਅ ਕਰਨਾ, ਮੈਨੂੰ ਕਹਿਣ ਦੀ ਲੋੜ ਨਾ ਹੋਵੇ। ਲਾ ਤਾਂ ਆਰਡਰ ਦੇ ਲਾ, ਨਾਲੇ ਮੈਂ ਤੈਨੂੰ ਉਦੋਂ ਵੀ ਕਿਹਾ ਵੀ ਆਪਦਿਆਂ ਨੂੰ ਹੋਟਲਾਂ ਤੇ ਲੈ ਜਾ ਕਰ, ਉੱਥੇ ਅੱਗ ਲਾ ਦੀ ਉਹਨਾਂ ਨੂੰ, ਮੈਥੋਂ ਨੀ ਕਿਸੇ ਦੀ ਝਗੜਾ ਮੰਜੀ ਜਾਂਦੀ। ਉਹ ਮੈਂ ਕਹਿੰਦਾ ਕਾਹਨੂੰ ਤੇਰੇ ਤੇ ਹੱਥ ਠਾਉਣਾ, ਪਰ ਤੂੰ ਗੱਲ ਨੂੰ ਸਮਝਦੀ ਕਿਉਂ ਨਹੀਂ, ਉਹ ਚਾਰ ਬੰਦੇ ਜੁੜਨਗੇ ਤਾਂ ਹੀ ਵੋਟਾਂ ਪੈਣਗੀਆਂ। ਕੋਈ ਨਾ ਕੋਈ ਨਾ, ਜਾ ਵਗ ਜਾ, ਤੂੰ ਸਰਪੰਚੀ ਜਿੱਤ, ਪ੍ਰਧਾਨਗੀ ਲੈ ਛੇਤੀ ਜਾ ਕੇ, ਬਸ ਠੀਕ ਹੈ, ਵਗ ਜਾ ਵਗ ਜਾ ਤੂੰ, ਠੀਕ ਹੈ। ਨਾਲੇ ਹੋਰ ਆ, ਜਿੰਨਾ ਚਿਰ ਨਾ ਇਹ ਆਪਦਾ ਕਰਾਉਂਦਾ ਨਹੀਂ ਕਰਾਉਂਦਾ, ਉਹਨਾਂ ਚਿਰ ਇਹ ਬੰਦਾ ਨਹੀਂ ਬਣਦਾ। ਇਹ ਤਾਂ ਦੇਖੀ ਸਹੀ, ਇਹ ਮੁੱਛਾਂ ਨੂੰ ਵੱਟ ਦੇਣ ਜੋਗਰੇ ਰਹਿ ਜੂਗਾ, ਜਦੋਂ ਜਿੱਤ ਗਿਆ ਨਾ ਸਰਪੰਚ ਉਦੋਂ ਇਹਨੂੰ ਸੇਕ ਲੱਗੂਗਾ, ਨਾਲੇ ਬੱਕਰੀ ਵਰਗਾ ਮੂੰਹ ਭਰ ਕੇ ਆ ਜੂਗਾ ਮੇਰੇ ਕੋਲੇ, ਫੇਰ ਪੁੱਛੂ ਮੈਂ। ਕੋਈ ਗੱਲ ਨੀ, ਵੀ ਤੂੰ ਨਾ ਕਿਸੇ ਦੇ ਥੱਲੇ ਚੜ ਤੇ ਕੀ ਪ੍ਰਧਾਨਗੀਆਂ ਚੋਂ ਲੈਣਾ, ਤੇ ਆ ਵੇਖ ਲੈ ਹੁਣ ਐ ਨੀ ਪਤਾ ਕਿਹੜੇ ਕੁੜੀ ਦੇ ਵਿਆਹ ਕਿਹੜੇ ਨਾ ਕੀ ਕੁਛ ਵਿਕ ਜਾਣਾ, ਇਹ ਕਤਲ ਚੀਜ਼ ਹੀ ਐਸੀ ਹੈ। ਹੇ ਪ੍ਰਮਾਤਮਾ, ਮੈਨੂੰ ਠਾਣਾ ਠੂਣਾ ਨਾ ਲੈ ਕੇ ਜਾਵੇ, ਮੇਰੀ ਇੱਜ਼ਤ ਦਾ ਰਖਵਾਲਾ ਤਾਂ ਤੂੰ ਹੀ ਹੈ, ਮੇਰੀ ਇੱਜ਼ਤ ਰੱਖਦੇ ਵਾਹਿਗੁਰੂ ਸੱਚੇ ਪਾਤਸ਼ਾਹ। ਜਿਹੜਾ ਚੰਨੀ ਆ ਜਦੋਂ ਵੀ ਪਿੰਡ ਚ ਕੋਈ ਵਾਰਦਾਤ ਹੁੰਦੀ ਆ, ਤੈਨੂੰ ਕਿਉਂ ਫੋਨ ਕਰਦਾ ਜਾਂ ਤੈਨੂੰ ਕਿਉਂ ਮਿਲਣ ਆ ਜਾਂਦਾ, ਚੱਕਰ ਕੀ ਹੈ? ਸੱਚੇ ਸੁੱਚੇ ਬੰਦੇ ਆ, ਤੁਹਾਨੂੰ ਪਤਾ ਸੱਚੇ ਸੁੱਚੇ ਬੰਦੇ ਦੇ ਲੋਕ ਉਹ ਵੀ ਮੈਸੇਜ ਵਾਲੇ ਲੱਗਦੇ ਹੁੰਦੇ ਨੇ, ਉਹ ਤਾਂ ਵਿਚਾਰੇ ਇਹਨਾਂ ਦਾ ਭਲਾ ਕਰਵਾ ਰਹੇ ਸੀਗੇ, ਜੇ ਤੁਹਾਨੂੰ ਸਹੀ ਗੱਲ ਦੱਸਾਂ ਜੀ, ਪਰ ਇਹ ਨਹੀਂ ਮੰਨੇ ਜੀ। ਹੁਣ ਐਵੇਂ ਪ੍ਰਧਾਨ ਜੀ ਨੂੰ ਆਪਾਂ ਮਾਰਾ ਕਹੀਏ, ਇਹ ਵੀ ਗਲਤ ਗੱਲ ਦੇਖੀ ਆ। ਕੋਈ ਗੱਲ ਨਹੀਂ, ਇਹ ਤਾਂ ਪਤਾ ਲੱਗ ਜਾਣਾ।
ਵਧੀਆ ਬੰਦਾ ਨਹੀਂ ਲੱਗਦਾ, ਉਹਦੀ ਅੱਖ ਠੀਕ ਨਹੀਂ ਲੱਗਦੀ ਮੈਨੂੰ। ਜਦੋਂ ਦੇਖੋ ਥਾਣੇ ਤੁਰਿਆ ਰਹਿੰਦਾ, ਨਾਲੇ ਇਹਨੇ ਠੇਕਾ ਲੈ ਰੱਖਿਆ ਪਿੰਡ 'ਚ, ਜਿਹੜਾ ਵੀ ਮਰਡਰ ਹੁੰਦਾ, ਜਿਹੜਾ ਵੀ ਕਤਲ ਹੁੰਦਾ ਉਹਦਾ ਇਹ ਗਵਾਹ ਬਣ ਜਾਂਦਾ। ਮੈਨੂੰ ਤਾਂ ਤੂੰ ਹੀ ਚੰਨੀ ਦਾ ਚਮਚਾ ਲੱਗਦਾ। ਆਪਣੀ ਜੌਬ ਦਾ ਖਿਆਲ ਰੱਖੀਦਾ ਹੁੰਦਾ, ਇੱਦਾਂ ਦੇ ਪੱਠੂ ਤਾਂ ਆਉਂਦੇ ਰਹਿੰਦੇ ਤੇ ਜਾਂਦੇ ਰਹਿੰਦੇ ਆ। ਇੱਕ ਥੱਪੜ ਦੀ ਮਾਰ ਹੁੰਦੇ ਨੇ ਇੱਦਾਂ ਦੇ ਚੰਨੀ ਵਰਗੇ। ਜੌਬ ਤੋਂ ਤੁਸੀਂ ਜਵਾਕ ਪਾਲਣੇ ਨੇ ਆਪਣੇ, ਹਿਸਾਬ ਨਾਲ ਖਾਈਦਾ ਹੁੰਦਾ। ਅਲਮਾਰੀ 'ਚ ਰਜਿਸਟਰ ਰੱਖ। ਹਾਂਜੀ ਸਾਹਿਬ, ਅਜੇ ਕੰਮ ਤਾਂ ਹੋ ਜੂ, ਕੰਮ ਹੋਰ ਹੋ ਗਿਆ ਜੀ। ਉਹ ਦੋ ਦੋ ਕਤਲ ਹੋ ਗਏ। ਹਾਂਜੀ, ਟਾਈਮ ਲੱਗੂਗਾ ਜੀ। ਮਾੜਾ ਇੱਕ ਨਵੀਂ ਮੈਡਮ ਆਈ ਹੈ ਨਾ, ਇਹ ਤਾਂ ਅੜਬੀ ਵਾਲੀ ਹੈ, ਇਹਦੀ ਬਦਲੀ ਕਰਾਓ ਜੀ ਤੁਸੀਂ। ਨਹੀਂ ਕਰਾਓ ਜੀ, ਤੁਹਾਡੀ ਤਾਂ ਇੰਨੀ ਪਹੁੰਚ ਹੈ ਜੀ। ਠੀਕ ਹੈ ਠੀਕ ਹੈ, ਉਹ ਕਰਾ ਦੋ ਚਾਰ ਦਿਨਾਂ 'ਚ ਬਸ। ਠੀਕ ਹੈ ਜੀ, ਬਸ ਇੱਧਰ ਤਾਂ ਹੋਇਆ ਪਿਆ ਕੰਮ, ਬਸ ਬਸ ਇੱਧਰ ਬਦਲੀ ਕਰਾ ਦਿਓ ਬਸ। ਠੀਕ ਹੈ ਠੀਕ ਹੈ। ਮੇਰੀ ਗੱਲ ਸੁਣੋ। ਹਾਂ, ਦੂਜਾ ਕਤਲ ਕਿਹਦਾ ਹੋ ਗਿਆ? ਉਹ ਰਵੀ ਦਾ, ਬਿੱਕਰ ਨੇ ਕਰਤਾ। ਬਿੱਕਰ ਨੇ ਕਰਤਾ, ਕਿਉਂ? ਉਹ ਖਾਲੀ ਪਿਸਤੌਲ ਸੀ, ਲੜ ਪਿਆ ਸੀ, ਮਾਰਤਾ ਉਹਨੇ, ਹੋਰ ਕੀ। ਮੈਂ ਮਰ ਜਾ ਹੁਣ ਫਿਰ? ਹੁਣ ਕੀ, ਬਿੱਕਰ ਆਪਣਾ ਬੰਦਾ ਵੀ ਤਾਂ ਕੇ ਪੁਲਿਸ ਹੁੰਦੀ ਆਪਾਂ ਕੋਲੇ। ਬਿੱਕਰ ਨੇ ਤੁਹਾਡਾ ਨਾਮ ਲੈ ਤਾ, ਫਿਰ ਕੀ ਕਰੋਗੇ ਤੁਸੀਂ? ਨਾਮ ਲੈਣ ਨਾਲ ਕੀ ਹੋ ਜੂਗਾ? ਕੁਛ ਨੀ ਹੁੰਦਾ, ਹੋ ਜਾਵਾਂਗੇ ਪਰੀ ਆਪਾਂ। ਤੁਸੀਂ ਐਂ ਕਰੋ, ਜਿਹੜੀ ਆ ਮੈਡਮ ਦੀ ਗੱਲ ਕਰਦੇ ਹੋ ਨਾ, ਇਹਦੀ ਜਲਦ ਤੋਂ ਜਲਦ ਬਦਲੀ ਕਰਾਓ, ਨਹੀਂ ਤਾਂ ਔਖਾ ਹੋ ਜੂਗਾ ਕੰਮ। ਹਾਂ, ਉਹਦੇ ਵਾਸਤੇ ਫੋਨ ਕੀਤਾ ਸੀ। ਅਦਾਨ ਜੀ, ਆ ਕੌਣ ਆ ਜਾ ਦੇਖ ਕੇ ਆ, ਕੌਣ ਆ? ਅਦਾਨ ਜੀ। ਹਾਂਜੀ, ਇੱਕ ਮਿੰਟ। ਤੂੰ ਬੜਾ ਪ੍ਰਧਾਨ ਜੀ ਪ੍ਰਧਾਨ ਜੀ ਲਾਇਆ ਹੋਇਆ, ਜ਼ਿਆਦਾ ਨੀ ਚਮਚਾਗਰੀ ਕਰਦਾ ਉਹਦੀ? ਵੈਸੇ ਕਹਿਣ ਦਾ ਕੀ ਮਤਲਬ ਹੈ ਤੇਰਾ? ਇੱਥੇ ਖੜ, ਮੈਂ ਗੱਲ ਕਰਦੀ ਆ ਤੇਰੇ ਪ੍ਰਧਾਨ ਜੀ ਨਾਲ, ਦੇਖਦੀ ਆ ਕਿਹੜਾ ਹੈ ਤੇਰਾ ਪ੍ਰਧਾਨ। ਚਲੋ ਮੈਡਮ, ਅੱਗੇ ਹੋਵੋ। ਆਜੋ ਮੈਡਮ। ਸਤਿ ਸ਼੍ਰੀ ਅਕਾਲ ਮੈਡਮ ਜੀ, ਬੈਠੋ ਬੈਠੋ। ਮੈਡਮ ਜੀ, ਤੁਸੀਂ ਕਿਉਂ ਖੇਚਲਾ ਕੀਤੀ? ਫੋਨ ਕਰਦੇ ਮੈਂ ਆਪੇ ਆ ਜਾਂਦਾ ਜੀ। ਕਈ ਕੰਮ ਇੱਦਾਂ ਦੇ ਹੁੰਦੇ ਆ ਜਿਹੜੇ ਸਾਨੂੰ ਆਪ ਕਰਨੇ ਪੈਂਦੇ ਆ। ਹਾਂ ਇਹ ਠੀਕ ਆ ਮੈਡਮ। ਪਾਣੀ ਲਿਆ? ਨਹੀਂ ਨਹੀਂ, ਕੁਛ ਨੀ, ਖਾਣਾ ਪੀਣਾ। ਮੈਂ ਜਿਹੜੀ ਗੱਲ ਕਰਨਾ ਹੀ ਆ, ਮੈਨੂੰ ਉਹਦੇ ਜਵਾਬ ਚਾਹੀਦੇ ਨੇ। ਹਾਂ ਦੱਸੋ ਜੀ, ਬਿੱਕਰ ਸਿੰਘ ਕਿੱਥੇ ਆ? ਬਿੱਕਰ ਸਿੰਘ ਮੈਨੂੰ ਕੀ ਪਤਾ ਜੀ, ਉਹਦੇ ਘਰਦਿਆਂ ਨੂੰ ਪੁੱਛੋ ਨਾ ਜੀ। ਘਰੋਂ ਹੀ ਆਈ ਆ ਮੈਂ। ਬਸ ਉਹਨੇ ਦੱਸਤਾ ਹੋ ਤੁਹਾਨੂੰ ਜੀ? ਅੱਛਾ, ਰਹਿੰਦਾ ਤਾਂ ਸਦਾ ਤੇਰੇ ਨਾਲ ਹੀ ਆ ਬਿੱਕਰ। ਲੋ ਜੀ, ਮੈਂ ਪਿੰਡ ਦਾ ਪ੍ਰਧਾਨ ਆ, ਮੇਰੇ ਕੋਲ 2400 ਬੰਦਾ ਆਉਂਦਾ। ਹੁਣ ਸਾਰੇ ਮੇਰੇ ਨਾਲ ਥੋੜੀ ਰਹਿੰਦੇ, ਮੈਂ ਕਿਹੜਾ ਉਹਨਾਂ ਦਾ ਪ੍ਰੂਫ ਰੱਖੀ ਬੈਠਾ ਕਿੱਥੇ ਜਾਂਦਾ ਕਿੱਥੇ ਨਹੀਂ ਜੀ। ਰੀਤ ਦੇ ਹਸਬੈਂਡ ਦਾ ਜਿਹੜਾ ਕਤਲ ਹੋਇਆ, ਉਹਦੇ ਬਾਰੇ ਕੀ ਜਾਣਦੇ ਹੋ ਤੁਸੀਂ? ਮੇਰਾ ਕੀ ਲੈਣਾ ਦੇਣਾ ਜੀ,
ਵਿਕਰ ਨਾਲ ਲੜਾਈ ਹੋਈ ਹੈ, ਵਿਕਰ ਨੇ ਕੀਤਾ, ਤੁਸੀਂ ਹੁਣ ਉਹ ਫੜੋ, ਮੇਰੇ ਕੋਲ ਕੀ ਲੈਣਾ ਆ? ਅੱਛਾ, ਤੇਰੇ ਕੋਲੋਂ ਕੀ ਲੈਣਾ ਹੀ ਆ ਤੇ ਤੈਨੂੰ ਕੀ ਦੇਣਾ ਹੀ ਆ, ਇਹ ਤਾਂ ਤੈਨੂੰ ਵੀ ਪਤਾ ਲੱਗ ਗਿਆ ਹੁਣ। ਮੈਡਮ ਜੀ, ਠੰਡੇ ਸੁਭਾਅ ਨਾਲ ਦੇਖੋ, ਕਤਲ ਉਹਨੇ ਕੀਤਾ ਤੇ ਮੈਂ ਤਾਂ ਉਹਨਾਂ ਦਾ ਭਲਾ ਕਰਦਾ ਸੀ। ਕਤਲ ਕਰਵਾਇਆ ਕਿਹਨੇ ਆ? ਉਹ ਤਾਂ ਵਿਕਰ ਨੂੰ ਪਤਾ ਹੋਊ ਨਾ ਕਿਹਨੇ ਕਰਵਾਇਆ। ਇਹ ਗੱਲਾਂ ਤੁਸੀਂ ਸਾਨੂੰ ਕਿਉਂ ਪੁੱਛ ਰਹੇ ਹੋ? ਚੁੱਪ ਕਰ। ਉਹ ਤਾਂ ਵਿਕਰ ਨੂੰ ਪਤਾ ਜੀ, ਵਿਕਰ ਨੂੰ ਫੜ ਲਓ, ਸਾਰਾ ਕੁਝ ਦੱਸ ਦੂਗਾ ਜੀ। ਜਿੱਦਣ ਵਿਕਰ ਮੇਰੇ ਧੱਕੇ ਚੜ ਗਿਆ ਨਾ, ਉਦਣ ਸਾਰੇ ਤੇਰੇ ਭੇਤ ਖੁੱਲ ਜਾਣੇ ਆ। ਮੈਂ ਤਾਂ ਨਾ ਰੀਤ ਦਾ ਹੀ ਫਾਇਦਾ ਹੀ ਕਰਦਾ ਸੀ, ਮੈਂ 30 ਲੱਖ ਨੂੰ ਕਿੱਲਾ ਦਵਾਈ ਜਾਂਦਾ ਸੀ। ਹੁਣ ਨਹੀਂ ਮੰਨਿਆ, ਬਾਅਦ ਚ ਮੇਰਾ ਨਾਮ ਲੈਂਦਾ, ਹੁਣ ਕੀ ਹੈ? ਮੈਂ ਸੌਦਾ ਹੀ, ਹੁਣ ਹਰ ਕੋਈ ਬੰਦਾ ਕਰਦਾ ਹੀ ਆਪਦੇ ਖਾਣ ਵਾ, ਮੈਂ ਤੇ ਬਸ ਜ਼ਮੀਨਾਂ ਲੈਣ ਦੇਣ ਜੇ ਕਰਦਾ ਰਹਿੰਦਾ ਜੀ, ਦਲਾਲ ਬੰਦੇ ਦਾ ਕੰਮ ਕੀ ਹੁੰਦਾ ਜੀ? ਕੋਈ ਨੀ, ਆਥਣ ਤੱਕ ਵਿਕਰ ਮੈਨੂੰ ਪੇਸ਼ ਕਰਾ ਦੇ। ਮੈਡਮ ਜੀ, ਮੈਨੂੰ ਨਾ ਕਹੋ ਨਾ, ਉਹਨਾਂ ਨੂੰ ਕਹੋ ਤੁਸੀਂ। ਸਿਫਾਰਸ਼ਾਂ ਕਿਉਂ ਮੰਤਰੀਆਂ ਤੱਕ ਪਾਈ ਜਾਂਦਾ ਫਿਰ, ਜਦ ਤੇਰਾ ਰੌਲਾ ਹੀ ਨੀ ਬੱਚ। ਨਹੀਂ, ਮੈਂ ਤੇ ਮੰਤਰੀਆਂ ਦਾ ਕੰਮ ਆ ਜੀ, ਮੰਤਰੀਆਂ ਨੂੰ ਜਿਵੇਂ ਲੈਣੀ ਸੀ ਉਹਨਾਂ ਤਾਂ ਕਰਕੇ ਕੀਤਾ, ਉਹ ਕੋਈ ਗੱਲਬਾਤ ਹੋਈ, ਮੈਂ ਕੁਛ ਲੈਣਾ ਦੇਣਾ ਨਹੀਂ। ਮੈਂ ਬੱਚ ਰੀਤ ਦੇ ਹਸਬੰਡ ਦਾ ਕੀ ਰੋਲ ਸੀ? ਮੰਤਰੀ ਨੂੰ ਤਾਂ ਜ਼ਮੀਨ ਦਿਵਾਉਣੀ ਸੀ। ਪਰ ਮੈਂ ਸੌਦਾ ਕਰਾਉਂਦਾ, ਦੱਸੀ ਨਾ, ਮੈਂ ਦਲਾਲ ਆ ਇੱਕ ਤਰ੍ਹਾਂ ਦਾ। ਇਹ ਦੇਖ ਲਈ, ਦਲਾਲ ਪੁਣਾ ਜਿਹੜੀ ਚੀਜ਼ ਦਾ ਕਰਦਾ ਨਾ ਜ਼ਮੀਨ ਦਾ, ਉਹਦਾ ਹੀ ਕਰ। ਕੋਲਿਆਂ ਦੀ ਦਲਾਲੀ ਵਿੱਚ ਹੱਥ ਤਾਂ ਕਾਲੇ ਹੁੰਦੇ ਹੁੰਦੇ ਆ, ਮੂੰਹ ਕਦੋਂ ਕਾਲਾ ਹੋ ਜਾਂਦਾ ਇਹ ਪਤਾ ਨਹੀਂ ਲੱਗਦਾ। ਮੈਂ ਨਹੀਂ ਚਾਹੁੰਦੀ ਵੀ ਤੇਰਾ ਮੈਂ ਮੂੰਹ ਕਾਲਾ ਕਰਾਂ। ਮੈਡਮ ਜੀ, ਅੱਜ ਤੱਕ ਕੋਈ ਜੰਮਿਆ ਨਹੀਂ ਚੰਨੀ ਪ੍ਰਧਾਨ ਦਾ ਕੋਈ ਕਾਲਾ ਮੂੰਹ ਕਰਦੇ, ਤੇ ਗਲਤ ਫਹਿਮੀ ਨਾ ਅੱਜ ਦਿਲ ਚੋਂ ਕੱਢ ਦਿਓ। ਕਾਲਾ ਮੂੰਹ ਕਰਨ ਵਾਲਾ ਤੈਨੂੰ ਕੋਈ ਹਜੇ ਟੱਕਰਿਆ ਨਹੀਂ, ਦੇਖ ਲਈ। ਜੇ ਤੇਰਾ ਨਾ ਰੀਤ ਦੇ ਹਸਬੰਡ ਦੇ ਕਤਲ ਕੇਸ ਵਿੱਚ ਹੱਥ ਹੋਇਆ ਤਾਂ ਘਰੋਂ ਘੜੀਸ ਕੇ ਲੈ ਕੇ ਜਾਊਂਗੀ, ਇਹ ਸੋਚ ਲਈ। ਉਹ ਮੈਡਮ ਵਾਸਤੇ ਕਾਫੀ ਲਿਆ, ਬੈਠੋ ਜੀ, ਕੋਲਡ ਕਾਫੀ ਲਿਆ ਦੇਣੇ ਹੁਣ ਜੀ। ਕਾਫੀ ਦੀ ਲੋੜ ਤੈਨੂੰ ਹੈ, ਆ ਹੱਥ ਪੈਰ ਜਿਹੜੇ ਤੇਰੇ ਕੰਬਦੇ ਨੇ, ਮੈਨੂੰ ਨਹੀਂ। ਉਹ ਮੈਡਮ, ਤੂੰ ਤਾਂ ਗਰਮ ਹੋ ਗਈ। ਗਰਮ ਨਹੀਂ, ਵਿਕਰ ਆਥਣ ਤੱਕ ਮੈਨੂੰ ਥਾਣੇ ਚਾਹੀਦਾ। ਉਦੋਂ ਤਾਂ ਘਰਦਿਆਂ ਨੂੰ ਕਹੋ ਜੀ। ਕੀ ਤੁਸੀਂ ਬਾਰ ਬਾਰ ਕਾਫੀ ਕਾਫੀ ਲਾਈ ਹੋਈ ਆ? ਕਾਫੀ ਤਾਂ ਤੁਹਾਡੇ ਬਣਾ ਗਈ, ਉਹ ਇੰਨਾ ਕੁਛ ਬੋਲ ਕੇ ਲੰਘ ਗਏ ਉਹ ਤੁਹਾਨੂੰ। ਉਹ ਬੋਲਣਾ ਹੀ ਆ, ਇਹ ਜੇ 2900 ਹੁੰਦਾ ਉਹ ਰੋਬ ਦਿੰਦੇ ਹੁੰਦੇ 4-5 ਦਿਨ, ਇਹ ਵੀ ਆਪਾਂ ਦੇ ਤਲਵੇ ਚੱਟੋ ਵੀ 4 ਦਿਨ ਦੇ। ਆਹੋ, ਉਹ ਰੋਬ ਮਾਰੀ ਜਾਂਦੀ ਸੀ ਤੇ ਤੁਸੀਂ ਸਹੀ ਜਾਂਦੇ ਸੀ, ਮੈਂ ਦੇਖ ਰਹੀ ਸੀ ਤੁਹਾਡਾ ਰੰਗ ਕਿਵੇਂ ਉੜੀ ਜਾਂਦਾ ਸੀ। ਉਹ ਰੰਗ ਤੇ ਉੱਡਣਾ ਕੋਈ ਗੱਲ ਨੀ ਬੁਲਬੁਲ, ਤੈਨੂੰ ਨਹੀਂ ਪਤਾ ਰਾਜਨੀਤੀ, ਨਵਾਂ ਨਵਾਂ ਥਾਣੇਦਾਰ ਕੋਈ ਵੀ ਆਉਂਦਾ ਨਾ 4 ਕੁ ਦਿਨ ਰੋਬ ਦਿਖਾਉਂਦਾ, ਕੋਈ ਨਵੀਂ ਨਵੀਂ ਉਹਦੇ ਵਾਂਗੂ ਵਿਆਹੀ ਦਾ ਚਾਅ ਹੁੰਦਾ, ਇਵੇਂ ਇਹਨਾਂ ਨੂੰ ਥਾਣੇ ਦਾ ਚਾਅ ਹੁੰਦਾ, ਉੱਥੇ ਕੋਲ ਮਿਲ ਜਾਂਦੇ ਆ ਇਹ। ਤੁਸੀਂ ਇਹਦਾ ਨਾ ਕੋਈ ਹਿੱਲਾ ਕਰੋ ਜਲਦੀ ਤੋਂ ਜਲਦੀ, ਠੀਕ ਆ ਨਾ? ਦੁਬਾਰਾ ਘਰੇ ਨਹੀਂ ਆਉਣੀ ਚਾਹੀਦੀ। ਉਹ ਤੇਰੇ ਸਾਹਮਣੇ ਕਿਹਾ ਤੇਗਾ, ਮੰਤਰੀ ਨੂੰ ਫੋਨ ਕੀਤਾ ਤੇਗਾ ਯਾਰ। ਹਾਂ, ਮੰਤਰੀ ਵੀ ਇਹੋ ਜਿਹਾ ਕੋਈ ਕੰਮ ਹੀ ਨਹੀਂ ਕਰਦਾ ਹੈਗਾ, ਇਹੋ ਜਿਹੇ ਤੁਸੀਂ ਇਹੋ ਜਿਹੇ ਤੁਹਾਡਾ ਮੰਤਰੀ। ਉਹ ਫਿਕਰ ਨਾ ਕਰ, ਨਾਲੇ ਪਤਾ ਇਹਨੂੰ ਉਹ ਯਾਰ ਹੁਣ ਕਿਵੇਂ ਗਿਆ, ਭੈਣ ਜੇ ਵਿਕਰ ਫੜਿਆ ਗਿਆ ਨਾ ਸਾਰਾ ਕੰਮ ਖਰਾਬ ਹੋ ਜਾਊ, ਵਿਕਰ ਦਾ ਕਰਨਾ ਉਹ ਕੰਮ। ਪ੍ਰਧਾਨ ਜੀ। ਹਾਂਜੀ। ਪੁੱਤ ਸਤਿ ਸ੍ਰੀ ਅਕਾਲ ਭਾਈ, ਆਜੋ ਆਜੋ। ਪ੍ਰਧਾਨ ਹੈਗਾ ਪੁੱਤ ਘਰੇ? ਹਾਂਜੀ ਹੈਗੇ ਨੇ। ਅੱਛਾ, ਸਤਿ ਸ੍ਰੀ ਅਕਾਲ ਭਾਈ। ਚਾਚੀ ਆ ਰਹੀ ਸੀ, ਬੈਠੋ ਚਾਚੀ। ਕੋਈ ਨਾ ਭਾਈ, ਬਹਿ ਗਏ। ਪਾਣੀ ਲਿਆਵਾਂ? ਨਾ ਨਾ, ਬਸ ਭਾਈ ਚਾਹ ਬਣਾ ਦਿੰਦੀ ਹਾਂ। ਨਾ ਨਾ, ਹਾਲ ਤਾਂ ਧੀਏ ਮੇਰੇ ਕੁਛ ਨਹੀਂ ਲੰਘਦਾ। ਪਤਾ ਤੜਕੇ ਪੁਲਿਸ ਗਈ ਸੀ ਸਾਡੇ ਘਰੇ, ਲੇਡੀ ਪੁਲਿਸ, ਮੈਨੂੰ ਖਿੱਚਦੀ ਸੀਗੀ। ਉਹ ਤੇ ਫਿਰ ਗਲਤੀ, ਉਹ ਤੇ ਆਉਣਗੇ ਪੁਲਿਸ ਤੇ ਆਊਗੀ ਜੀ। ਆਊਗੀ ਤਾਂ ਹੈਗੀ, ਪਰ ਤੂੰ ਮਾੜਾ ਮੋਟਾ ਕੁਛ ਠਾਣੇ ਠੁਣੇ, ਤੂੰ ਤਾਂ ਭਾਈ ਕੁਛ ਕਹਿ। ਮੈਂ ਤਾਂ ਕਿਹਾ ਹੋਇਆ ਜੀ, ਬਥੇਰਾ ਕੁਛ ਕਿਹਾ,
ਉੱਥੇ ਤੁਸੀਂ ਆਪ ਲੜ ਕੇ ਗਏ ਹੋ ਸਾਡੇ ਘਰੇ ਆ ਕੇ ਮਿਸਰ ਨੂੰ ਵਿਕਰ ਨੂੰ ਨਾ ਬੁਲਾਇਆ ਕਰੋ ਹੁਣ ਅਸੀਂ ਕੀ ਲੈਣ ਕਰੀਏ ਵਿਕਰ ਹੁਣ ਸਾਡਾ ਕੀ ਕਸੂਰ ਹੈ ਜਾਣ ਦੋ ਜੇਲ ਅਸੀਂ ਨਹੀਂ ਕੁਛ ਕਰ ਸਕਦੇ ਹੈਗੇ ਕਰ ਭਾਈ ਕਿਉਂ ਨਹੀਂ ਸਕਦੇ ਜਾਂ ਤੁਹਾਡੇ ਕੋਲ ਦਿਨ ਰਾਤ ਬਹਿੰਦਾ ਸੀਗਾ ਚਾਹ ਪਾਣੀ ਇੱਥੇ ਪੀਂਦਾ ਸੀ ਹੈ ਘਰੇ ਤਾਂ ਮੂੰਹ ਧੋ ਕੇ ਆ ਜਾਂਦੇ ਚਾਹ ਪਾਣੀ ਤਾਂ ਤੁਹਾਡੇ ਘਰੇ ਆ ਕੇ ਪੀਂਦਾ ਸੀ ਨਾ ਚਾਚੀ ਮੇਰੇ ਗੱਲ ਸੁਣ ਅਸੀਂ ਕੀ ਅਸੀਂ ਵੀ ਉਹਦਾ ਕਤਲ ਕਰਦੇ ਤੋ ਦੱਸੋ ਹੁਣ ਜਵਾਬ ਗੱਲ ਸੁਣ ਲੈ ਚਾਚੀ ਗੱਲ ਐ ਆ ਤੂੰ ਆਪ ਸਾਡੇ ਘਰੇ ਆ ਕੇ ਕਿ ਨਹੀਂ ਗਈ ਬੁਲਬੁਲ ਨੂੰ ਕਹੇ ਉਦੋਂ ਬਾਅਦ ਅਸੀਂ ਬੁਲਾਇਆ ਹੀ ਨਹੀਂ ਉਹਨੂੰ ਤਾਂ ਨਾ ਮੈਂ ਮੂੰਹ ਲਾਇਆ ਉਹਨੂੰ ਮੈਨੂੰ ਕਈ ਭਾਈ ਕੀ ਪਤਾ ਉਹਦਾ ਤੇਰੇ ਕੋਲੇ ਬਹਿਣਾ ਸਿੱਖ ਪਿੰਡ ਗਲੀ ਚ ਹੋਰ ਕਿਸੇ ਕੋਲੇ ਜਾਂਦਾ ਸੀਗਾ ਚਾਚੀ ਹੱਸ ਤਾਂ ਬਹੁਤਾ ਬੁਲਾਉਂਦੇ ਨਹੀਂ ਸੀ ਜਿੱਦ ਰਾ ਤੁਸੀਂ ਘਰੇ ਕਹਿ ਕੇ ਗਏ ਹੋ ਵੀ ਮੇਰੇ ਬੰਦੇ ਨੂੰ ਤੁਸੀਂ ਕਹਿ ਦਿਓ ਵੀ ਉਰੇ ਨਾ ਆਇਆ ਕਰ ਅਸ ਤਾਂ ਉਦੋਂ ਦੇ ਹੱਥ ਜੋੜਤੇ ਸੀ ਹੁਣ ਸਾਨੂੰ ਨਹੀਂ ਪਤਾ ਉਹਨੇ ਕੀ ਕਰਿਆ ਕੀ ਨਹੀਂ ਕਰਿਆ ਅਸੀਂ ਕੁਛ ਨਹੀਂ ਕਰ ਸਕਦੇ ਭਾਈ ਤੂੰ ਬੋਲੀ ਤਾਂ ਜਾਨੀ ਐ ਨਹੀਂ ਘਰੇ ਆਉਂਦਾ ਹੋ ਰਾਤ ਖੇਡਦੇ ਇਕੱਠੇ ਹੁੰਦੇ ਹੀ ਆਉਣਗੇ ਨਾ ਨਹੀਂ ਹੁੰਦਾ ਚਾਚੀ ਮੈਂ ਉਹ ਲੜਾਈ ਮੈਨੂੰ ਮੇਰੇ ਘਰ ਵਾਲੇ ਦਾ ਪਤਾ ਆ ਠੀਕ ਆ ਸਾਰੀਆਂ ਗੱਲਾਂ ਕੇ ਘਰੇ ਦੱਸਦਾ ਮੈਨੂੰ ਤੁਹਾਡਾ ਘਰ ਵਾਲਾ ਨਹੀਂ ਦੱਸਦਾ ਹੁਣ ਇਸ ਸਾਡਾ ਕੀ ਕਸੂਰ ਹੈ ਚੱਲ ਕੋਈ ਨਾ ਪੁੱਤ ਘਬਰਾ ਆਉਣਾ ਤੁਸੀਂ ਦੇਖ ਮੇਰੇ ਘਰੇ ਲੇਡੀ ਪੁਲਿਸ ਵੀ ਆਈ ਆ ਨਾਲ ਮੁਲਾਜ਼ਮ ਇੱਕ ਹੋਰ ਸੀਗਾ ਬਹੁਤ ਮੈਨੂੰ ਤਾੜ ਫੜ ਕਰਕੇ ਗਏ ਨੇ ਪੁੱਤ ਉਹ ਕਹਿੰਦੇ ਆਥਣ ਨੂੰ ਵਿਕਰ ਸਿੰਘ ਨੂੰ ਪੇਸ਼ ਕਰ ਦੇ ਨਹੀਂ ਤਾਂ ਤੈਨੂੰ ਚੱਕ ਕੇ ਲੈ ਕੇ ਜਾਵਾਂਗੇ ਮੇਰਾ ਪੁੱਤ ਬਣ ਕੇ ਮੇਰਾ ਹੀ ਲਬ ਸੀਲਾ ਕਰੋ ਤੁਸੀਂ ਕਿਵੇਂ ਵੀ ਮਰਜ਼ੀ ਕਰੋ ਇੱਕ ਮੇਰਾ ਘਰੇ ਕੁੜੀ ਦਾ ਵਿਆਹ ਰੱਖਿਆ ਹੋਇਆ ਠੀਕ ਹੈ ਜੇ ਕੁੜੀ ਮੁੰਡੇ ਵਾਲੇ ਨੂੰ ਪਤਾ ਲੱਗ ਗਿਆ ਨਾ ਮੇਰੀ ਕੁੜੀ ਦਾ ਰਿਸ਼ਤੇ ਤੋਂ ਵੀ ਜਵਾਬ ਹੋ ਜਾਣਾ ਮੈਂ ਤਾਂ ਕਾਸੇ ਜੋਗਣੀ ਨਹੀਂ ਰਹਿਣੀ ਮੈਂ ਤਾਂ ਜਮੇ ਪੱਟੀ ਜਾਊਂਗੀ ਨਾ ਚਾਚੀ ਮੇਰੀ ਗੱਲ ਸੁਣ ਆ ਚਾਚੇ ਨੂੰ ਆਹ ਕੰਮ ਕਰਨ ਤੋਂ ਪਹਿਲਾਂ ਨਾ ਸੋਚਣਾ ਚਾਹੀਦਾ ਸੀ ਵੀ ਮੇਰੇ ਘਰੇ ਵੀ ਕੋਈ ਧੀ ਬੈਠੀ ਹੈ ਉਹਦਾ ਵੀ ਵਿਆਹ ਧਰਿਆ ਚੱਲ ਧੀ ਇਹ ਤਾਂ ਗੱਲ ਤੇਰੀ ਸਹੀ ਹੈਗੀ ਹਰ ਇੱਕ ਇਨਸਾਨ ਨੂੰ ਸੋਚਣਾ ਚਾਹੀਦਾ ਠੀਕ ਹੈ ਪਰ ਹੁਣ ਉਹਦਾ ਕੰਜਰ ਦਾ ਮੈਨੂੰ ਪਤਾ ਵੀ ਲੱਗੇ ਨਾ ਕਿੱਥੇ ਕਿੱਥੇ ਨਾ ਉਹਦਾ ਤਾਂ ਫੋਨ ਵੀ ਬੰਦ ਆ ਰਿਹਾ ਹੈਗਾ ਫੋਨ ਤਾਂ ਬੰਦ ਆਉਣਾ ਹੀ ਹੈ ਚਾਚੀ ਦੇ ਪੁੱਤ ਹੁਣ ਮੇਰੀ ਗੱਲ ਸੁਣ ਲਓ ਮੇਰੀ ਇੱਜ਼ਤ ਦਾ ਸਵਾਲ ਹੈ ਦੇਖ ਮੇਰੀ ਕੁੜੀ ਦਾ ਵਿਆਹ ਰੱਖਿਆ ਹੋਇਆਗਾ ਮੈਨੂੰ ਥੋੜੇ ਬਹੁਤੇ ਪੈਸਿਆਂ ਦਾ ਸਹਾਰਾ ਲਵਾਓ ਕਿੰਨੇ ਚਾਹੀਦੇ ਆ ਪੁੱਤ ਤੈਨੂੰ ਪਤਾ ਹੈ ਵਿਆਹ ਕਿਹੜਾ ਸੌਖੀ ਜੀ ਗੱਲ ਹੈ 5-4 ਲੱਖ ਰੁਪਏ ਤਾਂ ਚਾਹੀਦੇ ਚਾਹੀਦਾ ਬੇਬੇ ਇੰਨੇ ਇੰਨੇ ਕਿੱਥੇ ਆਪਾਂ 20-30 ਹਜ਼ਾਰ ਰੁਪਏ ਲੈਣਾ ਗੱਲ ਕਰ ਇੰਨੇ ਇੰਨੇ ਰੁਪਏ ਮੈਂ ਕਿੱਥੋਂ ਦਊਂਗਾ ਇੰਨੇ ਰੁਪਏ ਮੇਰੇ ਕੋਲ ਲੈ ਦੇਖ ਲੈ ਭਾਈ ਉਦੋਂ ਤੂੰ ਮਾੜਾ ਲੱਗਦਾ ਸੀ ਹੁਣ ਮੈਂ ਤੂੰ ਪੈਸੇ ਦੇਵਾਂ ਹੁਣ ਚੰਗਾ ਬਣ ਗਿਆ ਹੈ ਪੈਸੇ ਲੈਣ ਵੇ ਬੇ ਚੱਲ ਕੋਈ ਨਾ ਭਾਈ ਮੈਂ ਤਾਂ ਹੁਣ ਤੁਹਾਡੇ ਕੋਲ ਹੀ ਆਉਣਾ ਦੱਸ ਚਾਹੇ ਉਹ ਕਸੂਰਵਾਰ ਹੈ ਚਾਹੇ ਨਾ ਹੈ ਮੈਂ ਤਾਂ ਤੁਹਾਡੇ ਕੋਲ ਹੀ ਆਉਣਾ ਭਾਈ ਮੇਰਾ ਤਾਂ ਹਿੱਲਾ ਕਰੋ ਐਵੇਂ ਕਿਵੇਂ ਹਿੱਲਾ ਕਰੀਏ ਕੋਈ ਗੱਲ ਨਹੀਂ ਆ ਜਾਂਦੇ ਉਹਨੂੰ ਕੋਈ ਗੱਲ ਨਹੀਂ ਕਰਵਾ ਲਾਂ ਕੋਈ ਗੱਲ ਨਹੀਂ ਅਜੇ ਇਹ ਤੂੰ ਰੁਕ ਜਾ ਵਿਆਹ ਨੂੰ ਲੈ ਵਿਆਹ ਨੂੰ ਭਾਈ ਮੈਂ ਕਿਵੇਂ ਰੁਕ ਜਾ ਦੱਸ ਮੈਂ ਉਹਨੂੰ ਕੀ ਬਹਾਨਾ ਲਾਵਾਂ ਕਾਹਦਾ ਬਹਾਨਾ ਲਾਵਾਂ ਕੁਛ ਮਰਜ਼ੀ ਲਾ ਲਾ ਬਹਾਨਾ ਪਤਾ ਲੱਗ ਗਿਆ ਨਾ ਮੁੜ ਕੇ ਫੇਰ ਤੇਰੀ ਕੁੜੀ ਨੂੰ ਤੰਗ ਕਰੀ ਜਾਣਗੇ ਵੀ ਰਹਿਣ ਦੇ ਹੁਣ ਬੇਬੀਰ ਮੇਰੀ ਇੱਜ਼ਤ ਰੱਖ ਦੋ ਹਾੜੇ ਤੁਸੀਂ ਐ ਨਾ ਮੈਂ ਤੁਹਾਡੇ ਮੂਹਰੇ ਹੱਥ ਬੰਨਦੀ ਆ ਦੇਖ ਜੇ ਪੁੱਤ ਵਾਲੇ ਨੂੰ ਪਤਾ ਲੱਗ ਗਿਆ ਨਾ ਮੇਰੀ ਕੁੜੀ ਦਾ ਰਿਸ਼ਤਾ ਸੁੱਟ ਜਾਣਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟੀ ਆ ਅੱਜ ਨਹੀਂ ਤਾਂ ਕੱਲ ਤਾਂ ਪਤਾ ਲੱਗ ਹੀ ਜਾਣਾ ਵੀ ਮੇਰੇ ਪਿਓ ਨੇ ਇਹੋ ਜਿਹਾ ਕੰਮ ਕਰਿਆ ਭਾਈ ਮੈਨੂੰ ਨਹੀਂ ਪਤਾ ਓਏ ਠੰਡੀ ਰਹਿ ਕੋਈ ਗੱਲ ਨਹੀਂ ਵਿਆਹ ਨਾ ਅਜੇ ਰੱਖ ਕੋਈ ਗੱਲ ਨਹੀਂ ਅਜੇ ਕਹਿ ਦੇ ਕੋਈ 2 ਮਹੀਨੇ ਟਾਲ ਲਾ ਜੀ ਚਾਚੀ ਜਿਵੇਂ ਚੰਨੀ ਕਹਿੰਦਾ ਉਵੇਂ ਮੰਨ ਲਾ ਨਾਲੇ ਸੌਖੀ ਰਹੇਗੀ ਸੌਖੀ ਤਾਂ ਭਾਈ ਮੈਂ ਕੀ ਰਹਿਣਾ ਮੈਨੂੰ ਕੀ ਪਤਾ ਹੈ ਕਿਹੜੀਆਂ ਮੁਸੀਬਤਾਂ ਜੁੜ ਜੋ ਤਾਂ ਨਹੀਂ ਪੈ ਸਕਦੇ ਮੈਨੂੰ ਜ਼ਮੀਨ ਦਵਾ ਦੂਗਾ ਦਲਾਲੀ ਦਵਾ ਦਾਂਗੇ ਚੱਲ ਆਪਾਂ 4-5 ਲੱਖ ਦਵਾ ਦਾਂਗੇ ਉਹ ਤਾਂ ਜ਼ਮੀਨ ਤੇ ਮਿਲੀ ਨਹੀਂ ਦਲਾਲੀ ਹੁਣ ਮੈਂ ਕਾਹਦੀ ਦਵਾਂ ਉਹਨੂੰ ਨਾਲੇ ਪੈਸੇ ਕਾਹਦੀ ਦਵਾਂ ਐ ਵੀ ਦੱਸੋ ਕੋਈ ਕੰਮ ਕੀਤਾ ਹੋਵੇ ਮੇਰਾ ਫੇਰ ਹੀ ਪੈਸੇ ਦੇਊਂਗਾ ਨਾ ਵੀ ਭਾਈ ਮੈਂ ਤਾਂ ਹੁਣ ਤੁਹਾਡੇ ਕੋਲੇ ਆਉਣਾ ਹੈ ਤਾਂ ਜਦੋਂ ਕੁੜੀ ਦਾ ਵਿਆਹ ਹੋਏਗਾ ਹੁਣ 30,000 ਕਹਿਣਾ ਤੂੰ ਤਾਂ 30,000 ਨਾਲ ਕੀ ਹੋਊਗਾ ਬਈ ਇੰਨੇ ਦੱਸ ਚਾਚੀ ਕੋਈ ਨਾ ਚਾਚੇ ਨੂੰ ਆਉਣਗੇ ਫੇਰ ਦੇਖਦੇ ਆ ਹਾਂਜੀ ਤੂੰ ਵਿਆਹ ਦੀ ਨਾ ਕਾਲੀ ਕਰ ਸਾਨੂੰ ਨਾ ਤੰਗ ਕਰ ਉਸ ਤੇ ਪਹਿਲੇ ਹੀ ਬਹੁਤ ਪਰੇਸ਼ਾਨ ਆ ਚਲੋ ਜੀ ਅੰਦਰ ਹਾਏ ਮੈਂ ਮਰ ਜਾ ਇਹਨਾਂ ਤੋਂ ਕੋਈ ਮੈਨੂੰ ਉਮੀਦ ਨਹੀਂ ਰਹੀ ਸਰਪੰਚ ਕੋਲੇ ਜਾਣ ਦੇ ਸਰਪੰਚ ਨਾਲ ਕਰਦੀ ਆ ਮੈਂ ਗੱਲ ਕੀ ਕਹਿੰਦਾ ਸਰਪੰਚ ਲੈ ਰੀਤਾ ਹਾਂ ਇਹਨਾਂ ਬੈਠਿਆ ਘਰ ਇੰਨੀ ਨਾਰਾਜ਼ ਹੋ ਕੇ ਹੁਣ ਕੀ ਬਣਦਾ ਗਾ
ਇਹਦਾ ਜਿਹੜਾ ਕੁਛ ਹੋਣਾ ਸੀ ਹੋ ਗਿਆ, ਅਸਲ ਤਾਂ ਸਾਰਾ ਤੇਰੇ ਕਰਕੇ ਹੀ ਹੋਇਆ। ਜੇ ਤੂੰ ਜ਼ਮੀਨ ਕਰਕੇ ਇੰਨਾ ਉਹ ਕਰਿਆ ਤਾਂ ਦੇ ਇੰਨਾ ਦੇਖਣੇ ਪੈਂਦੇ ਅੱਜ। ਭਾਬੀ ਤੈਨੂੰ ਕੀ ਲੱਗਦਾ ਵੀ ਮੈਂ ਆਪਣੇ ਜਵਾਕ ਦੀ ਜ਼ਮੀਨ ਚ ਨਹੀਂ ਦੇ ਦਿੰਦੀ? ਕਿਉਂ ਦੇਵਾਂ ਉਹਨੂੰ ਮੈਂ ਜ਼ਮੀਨ? ਹੈਗੀ ਆ ਮੈਂ ਹਜੇ ਬੈਠੀ ਹਾਂ, ਹਾਰ ਨਹੀਂ ਮੈਂ ਮੰਨਦੀ। ਬਦਲਾ ਤਾਂ ਚੰਨੀ ਤੋਂ ਲੈ ਕੇ ਹਟੂੰਗੀ। ਤੇ ਤਾਂ ਜ਼ਮੀਨ ਜ਼ਮੀਨ ਕੱਲੀ ਪੱਲੇ ਰਹੇਗੀ, ਹੋਰ ਤਾਂ ਕੀ ਕਰਨਾ ਸੀਗਾ। ਜੇ ਤੂੰ ਉਹ ਚੰਨੀ ਦੀ ਗੱਲ ਮੰਨ ਕੇ ਚੱਲਦੀ ਆਹ ਦੇ ਇੰਨਾ ਦੇਖਣੇ ਪੈਂਦੇ। ਨਾਲੇ ਹੋਰ ਗੱਲ, ਬੇਬੇ ਨੂੰ ਨੀ ਪਤਾ ਇੰਨੀ ਉਹ ਬਿਮਾਰ ਹੈਗੀ, ਜੇ ਉਹਨੂੰ ਇੰਨੀ ਗੱਲ ਦਾ ਪਤਾ ਲੱਗ ਗਿਆ ਨਾ ਉਹਦੀ ਮਰ ਜੂਗੀ ਉਹ। ਚੱਲ ਭਾਬੀ ਤੂੰ ਬੇਬੇ ਨੂੰ ਦੱਸੀ ਵੀ ਨਾ, ਹੋਰ ਹੈ ਵੀ ਕੌਣ ਆ ਹੁਣ ਬੇਬੇ ਤੋਂ ਬਿਨਾਂ ਮੇਰਾ। ਨਾਲੇ ਲੋਕ ਪਤਾ ਕੀ ਗੱਲਾਂ ਕਰਨਗੇ ਹੁਣ, ਤੈਨੂੰ ਪਤਾ ਵੀ ਦੋ ਥਾਵੇਂ ਵਿਆਹ ਹੋਇਆ ਸੀ, ਦੋਨੇ ਘਰਾਂਲੇ ਨੀ ਰਹੇ, ਦੋਨੇ ਘਰਾਂਲੇ ਖਾ ਗਈ, ਇਹ ਤਾਂ ਡਾਇਣ ਆਏਗੀ। ਭਾਬੀ ਤੂੰ ਆ ਕੇ ਇਹ ਜਿਹੀਆਂ ਗੱਲਾਂ ਕਰੀ ਜਾਨੀ ਆ, ਉਹਨੂੰ ਮੈਂ ਮਾਰਿਆ? ਮੈਂ ਝੂਠ ਨੀ ਬੋਲਦੀ, ਮੈਂ ਸੱਚ ਕਹਿ ਰਹੀ ਹਾਂ ਇਹ ਗੱਲ। ਮੇਰੀ ਗੱਲ ਸੁਣ, ਜਿਹੜੀ ਗੱਲ ਹੋ ਗਈ ਹਵਾ ਗਈ ਉਹ ਤੇ ਰੇਤਾ ਪਾ ਤੂੰ, ਅਸੀਂ ਤੇਰਾ ਵਿਆਹ ਸਰਪੰਚ ਨਾਲ ਕਰ ਦਾਨੇ ਆ। ਲੈ ਕਿਹੋ ਜਿਹੀਆਂ ਗੱਲਾਂ ਲੈ ਕੇ ਬਹਿ ਜਾਂਦੇ ਤੁਸੀਂ? ਸਰਪੰਚ ਮੇਰੇ ਨਾਲ ਵਿਆਹ ਕਰਵਾ ਲਓ, ਉਹ ਮੈਨੂੰ ਆਪਦੀ ਧੀ ਮੰਨਦਾ, ਕਿਉਂ ਕਾਮਲ ਮਾਰਦੇ ਹੁੰਦੇ ਹੋ? ਕਾਮਲ ਵਾਲੀਆਂ ਕੀ ਗੱਲਾਂ ਨੇ ਤੈਨੂੰ ਲੱਗਦਾ? ਕਾਮਲ ਸਾਨੂੰ ਤਾਂ ਪਤਾ ਗਾ ਅੱਜ ਤੇਰੀ ਜ਼ਿੰਦਗੀ ਭਰਾ ਕਿਵੇਂ ਲੰਘੂਗੀ, ਬਹੁਈ ਬਣੀਆਂ ਤੂੰ। ਨਾਲੇ ਸਰਪੰਚ ਅੰਕਲ ਦੇ ਘਰ ਵਾਲੀ ਵੀ ਹੁਣੇ ਹੁਣੇ ਮੁੱਕੀ ਆ, ਤੇ ਇਧਰੋਂ ਰਵੀ ਵੀ ਭੋਗ ਨੀ ਬੈਣ ਦਿੱਤਾ ਤੁਸੀਂ, ਤਾਂ ਉਹੀ ਗੱਲਾਂ ਲੈ ਕੇ ਬਹਿ ਗਏ। ਬਹੁਤ ਸੋਹਣੀ ਲੱਗੂਗੀ ਨਾ ਮੈਂ ਵਿਆਹ ਕਰਵਾਉਂਦੀ। ਤੈ ਲੋਕਾਂ ਤੋਂ ਕੀ ਲੈਣਾ, ਤੂੰ ਆਪਦੇ ਘਰ ਕੇ ਨੀ ਸੋਚ, ਲੰਮੀ ਨਿਗਾਹ ਮਾਰ, ਅੱਜ ਤੇਰੀ ਜ਼ਿੰਦਗੀ ਭਲਾ ਕਿਵੇਂ ਲੰਘੂਗੀ। ਭਾਬੀ ਤੂੰ ਆਪ ਹੀ ਤਾਂ ਕਹਿੰਦੀ ਆ ਵੀ ਮੈਂ ਮਾੜੇ ਕਰਮ ਵਾਲੀ ਆ, ਜਦੋਂ ਮੇਰੇ ਦੋ ਘਰ ਵਾਲੇ ਮਰ ਗਏ, ਜੇ ਸਰਪੰਚ ਨੂੰ ਵੀ ਕੁਛ ਹੋ ਗਿਆ ਫੇਰ ਭਲਾ ਮੈਂ ਕੀ ਕਰੂੰਗੀ? ਫਿਰ ਵੀ ਤਾਂ ਇਕੱਲੀ ਰਹੂੰਗੀ ਨਾ। ਐ ਕੁਛ ਨੀ ਹੁੰਦਾ, ਐ ਕਿ ਹੁਣ ਤੇਰੇ ਏਡੇ ਤਾਂ ਨੀ ਮਾੜੇ ਕਰਮ, ਤਾਂ ਲੋਕ ਕਹਿੰਦੇ ਨੇ। ਮੈਂ ਤੈਨੂੰ ਤਾਂ ਸਮਝਾਉਣੀ ਆ, ਮੈਂ ਆਪਦੀ ਆ, ਮੈਂ ਤੈਨੂੰ ਥੋੜੀ ਕਹਿਣੀ ਆ। ਲੋਕ ਦਮੂਹੇ ਨੇ, ਲੋਕ ਕਹਿੰਦੇ ਨੇ ਵੀ ਦੋ ਆਪਦੇ ਘਰ ਵਾਲੇ ਖਾ ਗਈ। ਲੋਕਾਂ ਦਾ ਤਾਂ ਕੀ ਆ, ਪਰ ਚੰਨੀ ਨੂੰ ਨੀ ਮੈਂ ਛੱਡਦੀ, ਬਦਲਾ ਤਾਂ ਮੈਂ ਲੈ ਕੇ ਹਟੂ ਚੰਨੀ ਤੋਂ। ਚੱਲ ਆਪਾਂ ਕਿਹੜਾ ਹੁਣੀ ਤੇਰਾ ਵਿਆਹ ਕਰਨ ਲੱਗ ਰਹੇ ਆ ਸਰਪੰਚ ਨਾਲ, ਕੋਈ ਨਾ ਹਲ ਤਾਂ ਨਗਾਵਾਂਗੇ 2-4 ਮਹੀਨੇ, ਹਲੇ ਤਾਂ ਆਪਾਂ ਅਗਲਾ ਕੀ ਕਹੂਗਾ ਵੀ ਹਲ ਤਾਂ ਰਾਹ ਤੁਰਿਆ ਜਾਂਦਾ ਰਵੀ, ਐਡੇ ਕੋਈ ਬੌਲੇ ਥੋੜੀ ਆ ਅਸੀਂ। ਭਾਬੀ ਮੇਰੇ ਅੱਗੇ ਨਾ ਵਿਆਹ ਵਿਆਹ ਨਾ ਕਰ, ਬਸ ਚੁੱਪ ਕਰ ਜਾ। ਚੱਲ ਕੋਈ ਨਾ, ਦੋ ਘੜੀ ਆਰਾਮ ਕਰ ਲੈ ਤੂੰ, ਮੈਂ ਕਰਦੀ ਹਾਂ ਕਿ ਮਾੜਾ ਮੋਟਾ ਕਰ ਦਿੰਦੇ ਕੰਮ ਧੰਦਾ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ। ਹਾਂ ਦੇਖ ਲਓ ਜੀ, ਮੈਂ ਬਹੁਤ ਸਮਝਾਇਆ ਸੀ ਉਸਨੂੰ ਵੀ ਤੂੰ ਚੰਨੀ ਦੇ ਉਂਗਲਾਂ 'ਤੇ ਨਾ ਚੜ ਨਾ ਚੜ, ਉਹਦੀਆਂ ਉਂਗਲਾਂ 'ਤੇ ਚੜ ਕੇ ਸੋਨੂੰ ਵੀ ਖਿਲਾਫ਼ ਬੋਲਦਾ ਰਿਹਾ। ਚਲੋ ਭਾਈ ਜਿਹੜਾ ਹੋਣਾ ਹੁੰਦਾ ਤੈਨੂੰ ਪਤਾ ਹੋ ਕੇ ਰਹਿੰਦਾ ਗਾ, ਪਰ ਉਹਨੇ ਗਲਤੀ ਬਹੁਤ ਵੱਡੀ ਕੀਤੀ ਹੈ, ਉਹਨੇ ਸੋਚਣਾ ਸੀਗਾ ਵੀ ਮੇਰੇ ਪਰਿਵਾਰ ਦਾ ਮਗਰੋਂ ਕੀ ਬਣੂੰਗਾ। ਸਰਪੰਚ ਸਾਹਿਬ ਸਾਡਾ ਦੋਨੇ ਟਾਈਮ ਇਸ ਗੱਲ ਪਿੱਛੇ ਕਲੇਸ਼ ਹੁੰਦਾ ਸੀਗਾ, ਮੈਂ ਤਾਂ ਕਹਿੰਦੀ ਸੀ ਚੰਨੀ ਦੇ ਨਾ ਜਾ ਨਾ ਜਾ, ਪਰ ਇਸ ਚੰਨੀ ਨੇ ਨਾ ਸਾਡਾ ਘਰ ਪੱਟ ਕੇ ਰੱਖਤਾ। ਦੱਸ ਹੁਣ ਮੈਂ ਕੀ ਕਿਹੜੇ ਭਾਂਡੇ ਪਾਵਾਂ, ਮੇਰੀ ਕੁੜੀ ਦਾ ਤਾਂ ਵਿਆਹ ਵੀ ਰੱਖਿਆ ਹੋਇਆ ਗਾ। ਦੇਖੋ ਜੀ ਮੈਂ ਵੀ ਉਹਨੂੰ ਬਹੁਤ ਸਮਝਾਇਆ ਸੀਗਾ, ਪਰ ਉਹ ਕਹਿੰਦਾ ਤੂੰ ਤਾਂ ਜਾਣ ਬੁੱਝ ਕੇ ਉਹ ਕਰਦਾ ਗਾ, ਮੈਂ ਤਾਂ ਇਤਕੀ ਤੇਰਾ ਨਾ ਪੰਗਾ ਲਊਂਗਾ, ਪੈਂਚ 'ਚ ਖੜਾ ਹੋਊਂਗਾ, ਆਹ ਦੇਖ ਲਾ ਕੀ ਨਤੀਜਾ ਨਿਕਲਿਆ। ਉਹੀ ਤਾਂ ਕਹਿੰਦੇ ਆ, ਉਹ ਤਾਂ ਉਂਗਲ ਲਾ ਕੇ ਪਰੇ ਹੋ ਗਿਆ, ਹੁਣ ਘਰ ਤਾਂ ਸਾਡਾ ਖਰਾਬ ਹੋ ਗਿਆ ਨਾ, ਮੈਂ ਹੁਣ ਤੀਵੀਂ ਮਾਨੀ ਕਿੱਧਰ ਭੱਜਾਂ, ਨਾ ਤਾਂ ਮੇਰੇ ਸਿਰ ਤੇ ਕੋਲੇ ਪੁੱਤਾ ਵੀ ਚੱਲ ਪੁੱਤ ਨੂੰ ਮੂਹਰੇ ਲਾਦਾਂ, ਮੈਂ ਤਾਂ ਹੁਣ ਤੁਹਾਡੇ ਕੋਲੇ ਇਸ ਕਰਕੇ ਆਈ ਹਾਂ ਵੀ ਕੋਈ ਨਾ ਕੋਈ, ਮੇਰਾ ਤਾਂ ਸਰਪੰਚ ਸਾਹਿਬ ਹੀਲਾ ਕਰੋ। ਹੀਲਾ ਕਰੋ? ਹਾਂਜੀ। ਕਿਵੇਂ? ਕੁੜੀ ਦਾ ਵਿਆਹ ਕਰਕੇ ਜੀ, ਹੁਣ ਤੁਹਾਨੂੰ ਪਤਾ ਹੀ ਆ ਮੈਂ ਹੁਣ ਵਿਆਹ ਕਾਹਦੇ ਸਹਾਰੇ ਕਰਾਂ, ਮੇਰੇ ਕੋਲ ਤਾਂ 2 ਰੁਪਈਆਂ ਦਾ ਵੀ ਸਾਧਨ ਨਹੀਂ ਕੋਈ।
ਦੇਖੋ ਚੱਲ ਜਿਹੜਾ ਕੁਛ ਹੋਣਾ ਚਾਹੀਦਾ ਤਾਂ ਹੋ ਗਿਆ, ਬਾਕੀ ਸਿਰੇ ਗੱਲ ਤਾਂ ਇਹੀ ਵਿਆਹ ਦੀ, ਅਤੇ ਮੈਂ ਤੁਹਾਡੇ ਨਾਲ ਸਹਿਮਤ ਹਾਂਗਾ। ਅਤੇ ਤੁਸੀਂ ਕਿੰਨਾ ਕੁ ਕਰਿਆ ਉਹਦੇ ਨਾਲ ਲੈਣ ਦੇਣ ਕੋਈ? ਸਾਰਾ ਸਰਪੰਚ ਸਾਹਿਬ 5-6 ਲੱਖ ਦਾ ਹੀ ਕਰਿਆ ਜੀ, ਬਾਹਲਾ ਨਹੀਂ। ਪਰ ਅੱਜ ਤਾਂ ਮੈਨੂੰ ਕਿਸੇ ਪਾਸਿਓਂ 1,000 ਰੁਪਇਆ ਵੀ ਨਹੀਂ ਮਿਲ ਰਿਹਾ, ਮੈਂ ਵੀ ਕੀ ਕਰਾਂ? ਅਤੇ ਤੁਸੀਂ ਚੰਨੀ ਕੋਲ ਨਹੀਂ ਗਏ, ਉਹਨਾਂ ਨੇ ਕਿਹਾ ਭਾਈ ਮੇਰੀ ਮਾਤਾ ਕੋਲ ਤੁਹਾਡੇ ਨਾਲ 24 ਘੰਟੇ ਰਹਿੰਦਾ ਸੀਗਾ। ਸਰਪੰਚ ਸਾਹਿਬ ਇਹੋ ਜਿਹੇ ਲੋਕ ਤਾਂ ਉਂਗਲਾਂ ਲਾਉਣ ਵਾਲੇ ਹੁੰਦੇ ਆ। ਮੈਂ ਚੰਨੀ ਦੇ ਘਰੇ ਗਈ ਸੀ। ਗਈ ਸੀ? ਹਾਂਜੀ। ਅੱਛਾ। ਪਰ ਤੀਵੀਂ ਆਦਮੀ ਮੈਨੂੰ ਬਹੁਤ ਜ਼ਿਆਦਾ ਪੁੱਠਾ ਬੋਲੇ ਜੀ, ਕਹਿੰਦੇ ਤੂੰ ਤਾਂ ਆਪਣੇ ਬੰਦੇ ਨੂੰ ਰੋਕਦੀ ਸੀ ਵੀ ਇਹਦੇ ਸਾਨੂੰ ਘਰੇ ਨਾ ਬੜਿਆ ਕਰੋ, ਘਰੇ ਨਾ ਬੜਿਆ ਕਰੋ, ਅਤੇ ਇਸ ਕਰਕੇ ਬਸ ਆਹੀ ਗੱਲ ਦਾ ਮੁੱਦਾ ਬਣਾ ਕੇ ਤਾਂ ਮੇਰੇ ਸਰਪੰਚ ਸਾਹਿਬ ਗੱਲ ਪੈ ਗਏ। ਪੈਸੇ ਦੀ ਤਾਂ ਗੱਲ ਦੂਰ ਰਹਿ ਗਈ, ਉਹ ਤਾਂ ਸਿਰਫ ਕਹਿੰਦਾ ਮੈਂ ਤੈਨੂੰ 30,000 ਰੁਪਇਆ ਦੇ ਸਕਦਾ। ਸਰਪੰਚ ਸਾਹਿਬ ਦੇਖੋ 30,000 ਨਾਲ ਕੀ ਬਣਦਾ, ਕਿੰਨੀ ਮਹਿੰਗਾਈ ਦਾ। 30,000 ਨਾਲ ਕਿਹੜਾ ਵਿਆਹ ਹੋ ਜਾਊਗਾ? ਤਾਂ ਹੀ ਤਾਂ ਕਹਿੰਦੇ ਸਰਪੰਚ ਸਾਹਿਬ 24 ਘੰਟੇ ਰਹਿੰਦਾ ਵੀ ਤੇਰੇ ਕੋਲ ਸੀ, ਉਹ ਆਪ ਹੀ ਸੋਚਣਾ ਚਾਹੀਦਾ ਉਹਨੂੰ। ਹੁਣ ਤਾਂ ਸਰਪੰਚ ਸਾਹਿਬ ਸਾਰਾ ਕੁਛ ਭੁੱਲ ਗਏ ਜੀ, ਉਹ ਤਾਂ ਸਾਰਿਆਂ 'ਤੇ ਪਾਣੀ ਫੇਰ ਗਏ, ਕਹਿੰਦੇ ਤੇਰਾ ਬੰਦਾ ਸਾਡੇ ਘਰੇ ਆਉਂਦਾ ਹੀ ਨਹੀਂ ਸੀ, ਤੈਂ ਰੋਕਿਆ ਸੀ, ਮੁੜ ਕੇ ਸੀ ਉਹਦੇ ਨਾਲ ਗੱਲ ਵੀ ਨਹੀਂ ਸੀ ਕਰੀ, ਪਰ ਵਿੱਚੇ ਵਿੱਚੇ ਉਹਨਾਂ ਦੀ ਕੁਛ ਨਾ ਕੁਛ ਚੱਲਦੀ ਰਹਿੰਦੀ ਸੀ। ਹੁਣ ਉਹ ਕੰਜਰ ਪਤਾ ਨਹੀਂ ਕਿੱਥੇ ਕਿਹੜੇ ਕਿੱਥੇ ਉੱਤਰ ਗਿਆ ਜਾ ਕੇ ਪਤਾਲ 'ਚ, ਕਿੱਥੇ ਨਾ ਉਤਰਿਆ। ਕਿੰਨਾ ਕੁ ਚਿਰ ਭੱਜੂ ਭਾਈ, ਇੱਕ ਨਾ ਇੱਕ ਦਿਨ ਤਾਂ ਭੁੱਸ ਦੇ ਹੱਥ ਉਹਨੂੰ ਆਉਣਾ ਹੀ ਪਊਗਾ, ਜਾਣਾ ਤਾਂ ਉਹਨੂੰ ਜੇਲ੍ਹ ਹੀ ਪਊਗਾ ਜਦੋਂ ਇਹੋ ਜਿਹਾ ਕੰਮ ਕੀਤਾ ਉਹਨੇ। ਬਾਕੀ ਸਿਰੇ ਰਹੀ ਗੱਲ ਕੁੜੀ ਦੀ, ਇਹ ਸਰਪੰਚ ਹੋਣ ਦੇ ਨਾਂ 'ਤੇ ਇਹੋ ਜਿਹਾ ਕੋਈ ਵੀ ਮੇਰੇ ਪਿੰਡ 'ਚੋਂ ਕੋਈ ਕੁੜੀ ਦੀ ਰਿਸ਼ਤਾ ਟੁੱਟ ਜੇ ਇਹ ਮੈਨੂੰ ਚੰਗਾ ਨਹੀਂ ਲੱਗਦਾ। ਧੰਨਵਾਦ ਸਰਪੰਚ ਸਾਹਿਬ ਜੀ। ਕੋਈ ਨਹੀਂ, ਤੁਸੀਂ ਪੰਜ ਕਹਿੰਦੇ ਹੋ, ਠੀਕ ਕਹਿੰਦੇ, ਜਿੰਨਾ ਖਰਚਾ ਹੋਊਗਾ ਵਿਆਹ ਤਾਂ ਮੈਂ ਆਪ ਹੀ ਸੰਭਾਲ ਲੂੰ, ਕਿਹੜਾ ਤੁਸੀਂ ਆਪਦੀ ਕੁੜੀ ਨੂੰ ਆਪਦੇ ਘਰੇ ਤੋਰ ਦਿਓ। ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ, ਤੁਹਾਡਾ ਮੈਂ ਦੇਣ ਨਹੀਂ ਦੇ ਸਕਦੀ, ਪਰ ਤੁਸੀਂ ਜਿਹੜਾ ਮੇਰੇ ਵਕਤ ਦੇ ਵਿੱਚ ਕੰਮ ਆਏ ਹੋ ਠੀਕ ਹੈ, ਪਰ ਮੈਂ ਤੁਹਾਡਾ ਮਾੜਾ ਨਹੀਂ ਸੀ ਕੀਤਾ ਸਰਪੰਚ ਸਾਹਿਬ, ਪਰ ਉਹ ਬੰਦਾ ਮੇਰਾ ਜਿਹੜਾ ਹੈਗਾ ਸੀ ਇਹ ਤਾਂ ਬਹੁਤ ਫੁਕਰਾ ਬੰਦਾ ਸੀ, ਜਿਹਨੇ ਕਹਿਤਾ ਉਹਦੇ ਮੰਗਰੀ ਲੱਗ ਗਿਆ, ਪਰ ਅੱਜ ਦੇਖੋ ਉਹ ਫੁਕਰ ਬਣਨ ਦਾ ਕੀ ਰਿਜ਼ਲਟ ਨਿਕਲ ਰਿਹਾ। ਉਹ ਗੱਲ ਨਹੀਂ ਭਾਈ, ਜੇ ਮੈਂ ਸੋਚਾਂ ਵੀ ਵਿਕਰਨਾ ਮੇਰੀ ਐਂ ਕਰਕੇ ਆਈ ਸੀਗੀ, ਇਹਦੇ 'ਚ ਕੁੜੀ ਦਾ ਕੀ ਕਸੂਰ ਆ? ਕੁੜੀ ਤਾਂ ਸਭ ਦੀ ਹੁੰਦੀ ਆ, ਸਾਰੇ ਪਿੰਡ ਦੀ ਧੀ ਭੈਣ ਹੁੰਦੀ ਆ, ਪਰ ਇਹੋ ਧੀ ਭੈਣ ਹੈਗੀ ਆ, ਤਾਂ ਕਰਕੇ ਤੈਨੂੰ ਮੈਂ ਕਹਿਤਾ ਤੁਸੀਂ ਟੈਂਸ਼ਨ ਲਓ, 5 ਲੱਗੇ 6 ਲੱਗੇ ਜਿੰਨੇ ਲੱਗਣਗੇ ਮੈਂ ਖਰਚਾ ਮੈਂ ਕਰੂੰਗਾ, ਅੱਜ ਸ਼ਾਮ ਤੱਕ ਤੇਰੇ ਕੋਲ ਪੈਸੇ ਪਹੁੰਚਦੇ ਹੋ ਜਾਣਗੇ। ਧੰਨਵਾਦ ਸਰਪੰਚ ਸਾਹਿਬ ਜੀ, ਬੇਫਿਕਰ ਹੋ ਕੇ ਵਿਆਹ ਕਰ ਲਾ ਤੂੰ, ਮੇਰੇ ਦਿਮਾਗ ਦੇ ਵਿੱਚ ਸਰਪੰਚ ਸਾਹਿਬ ਬੋਝ ਲਾਤਾ। ਕੋਈ ਗੱਲ ਨਹੀਂ, ਤੁਸੀਂ ਆਪਦਾ ਵਿਆਹ ਧਰੋ, ਪੈਸਿਆਂ ਦੇ ਕੋਈ ਚੱਕਰ ਨਹੀਂ, ਜੇ ਤੁਹਾਨੂੰ ਕਹਿਤਾ ਤੁਹਾਨੂੰ ਮਿਲਣਗੇ ਤਾਂ ਮਿਲਣਗੇ ਬਸ। ਸਰਪੰਚ ਸਾਹਿਬ ਤੁਸੀਂ ਕੁੜੀ ਆਪਦੀ ਵਿਆਹ ਕੇ ਤੋਰ ਦਿਓ, ਬਾਅਦ ਤੂੰ ਕੁਛ ਮਰਜ਼ੀ ਹੋਈ ਜਾਵੇ। ਨਾਲੇ ਜੀ ਮੈਨੂੰ ਤਾਂ ਇਹ ਵੀ ਬਹੁਤ ਡਰ ਸੀ ਨਾ ਵੀ ਜੇ ਪੁੱਤ ਵਾਲੇ ਨੂੰ ਪਤਾ ਲੱਗ ਗਿਆ ਮੇਰੀ ਕੁੜੀ ਦੇ ਰਿਸ਼ਤੇ ਤੋਂ ਵੀ ਨਾ ਕਰ ਦੇਣੀ ਉਹਨਾਂ ਨੇ, ਮੈਂ ਤਾਂ ਕਾਸੇ ਜੋਗਰੀ ਨਹੀਂ ਰਹਿਣੀ। ਕੋਈ ਗੱਲ ਨਹੀਂ ਭਾਈ, ਜਿਹੜਾ ਕੁਛ ਹੁੰਦਾ ਹੁੰਦਾ ਉਹ ਕੋਈ ਗੱਲ ਨਹੀਂ, ਆਪਾਂ ਦੱਸ ਵੀ ਦੇਵਾਂਗੇ, ਮੈਂ ਸਮਝਾ ਦੂੰ ਗੱਲ ਨੂੰ, ਇਹ ਤਾਂ ਭਾਈ ਕੁੜੀ ਦਾ ਕੀ ਕਸੂਰ ਆ, ਇਹਦੀ ਗੱਲ ਬਣਨੀ ਸੀ ਤਾਂ ਬਣ ਗਈ, ਕੋਈ ਗੱਲ ਨਹੀਂ, ਆਪਾਂ ਰਿਸ਼ਤਾ ਨਹੀਂ ਟੁੱਟਣ ਦਿੰਦੇ ਕੁੜੀ ਦਾ। ਸਰਪੰਚ ਸਾਹਿਬ ਕਸੂਰ ਤਾਂ ਨਾ ਮੇਰਾ ਨਾ ਮੇਰੀ ਵਿਚਾਰੀ ਕੁੜੀ ਦਾ, ਦੱਸ ਮੈਂ ਤਾਂ ਬਹੁਤ ਜ਼ਿਆਦਾ ਸਮਝਾਈ ਸੀ, ਜਦ ਨਹੀਂ ਸਮਝਿਆ ਤਾਂ ਨਹੀਂ ਸਮਝਿਆ, ਆ ਹੁਣ ਦੇਖ ਲੈ ਪਤਾ ਨਹੀਂ ਕਿੱਥੇ ਜਾ ਕੇ ਮਰਿਆ ਕਿੱਥੇ ਜਾ ਕੇ ਨਾ ਮਰਿਆ, ਦੱਸ ਮੈਂ ਕਿਹੜੇ ਖੂਹ ਖਾਤੇ ਡਿੱਗਾ, ਮੈਨੂੰ ਤਾਂ ਕੁੜੀ ਬਾਹਰ 'ਚੋਂ ਉਠਾਉਣੀ ਪਊਗੀ। ਚਲੋ ਠੀਕ ਹੈ, ਮੈਨੂੰ ਤਾਂ ਤੁਹਾਡੇ ਭੈਣਾਂ ਭਾਈਆਂ ਦੇ ਸਹਾਰਾ ਬਹੁਤ ਹੈ ਜੀ। ਕੋਈ ਗੱਲ ਨਹੀਂ ਭਾਈ, ਮੇਰਾ ਵੀ ਫਰਜ਼ ਬਣਦਾ ਕਿ ਪਿੰਡ ਦੀ ਧੀ ਭੈਣ ਆ, ਉਹਦਾ ਰਿਸ਼ਤਾ ਨਹੀਂ ਟੁੱਟਦਾ, ਜਿਹੜੀ ਤੁਹਾਨੂੰ ਮੈਂ ਗੱਲ ਕਹਿਤੀ ਕਹਿਤੀ, ਅੱਜ ਸ਼ਾਮ ਨੂੰ ਤੁਹਾਡੇ ਘਰੇ ਪੈਸੇ ਫੜਾ ਆਉਂਗਾ ਬਸ। ਸਰਪੰਚ ਸਾਹਿਬ ਵਿਆਹ ਤੁਸੀਂ ਪੱਕਾ ਕਰ ਲਓ ਆਪਦਾ ਬਸ। ਮੇਰੇ ਘਰੇ ਪੁਲਿਸ ਆਉਂਦੀ ਹੈ ਜੀ, ਹੁਣ ਮੈਂ ਕੀ ਜਵਾਬ ਦੇ ਉਹਨਾਂ ਨੂੰ? ਅੱਜ ਤੋਂ ਬਾਅਦ ਤੁਹਾਡੇ ਘਰੇ ਪੁਲਿਸ ਨਹੀਂ ਆਉਂਦੀ। ਉਹ ਜਿਹੜੀ ਆਈ ਸੀ ਜੀ ਵੱਡੀ ਵੱਡੀ ਮੁਲਾਜ਼ਮ ਆਈ ਸੀ, ਤੇ ਉਹ ਤਾਂ ਮੈਨੂੰ ਬਹੁਤ ਤਾੜ ਫੜ ਕਰਕੇ ਗਈ ਜੀ, ਕਹਿੰਦੀ ਅੱਜ ਵਿਕਰ ਸਿੰਘ ਨੂੰ ਪੇਸ਼ ਕਰ ਦੇ, ਨਹੀਂ ਤਾਂ ਤੇਰੀ ਗੁੱਤਨੀ ਪੱਟ ਕੇ ਲੈ ਕੇ ਜਾਵਾਂਗੇ ਥਾਣੇ ਦੇ ਵਿੱਚ, ਘੜੀਸਾਂ ਪਾ ਕੇ ਲੈ ਕੇ ਜਾਵਾਂਗੇ। ਸਰਪੰਚ ਸਾਹਿਬ ਮੇਰਾ ਕੀ ਬਣੂਗਾ? ਕੋਈ ਗੱਲ ਨਹੀਂ ਭਾਈ, ਵਿਆਹ ਤਾਂ ਰਹਿਗਾ, ਮੈਡਮ ਨੂੰ ਆਪੇ ਕਹਿ ਦੂੰਗਾ, ਅੱਜ ਤੋਂ ਬਾਅਦ ਤੁਹਾਡੇ ਘਰੇ ਨਹੀਂ ਆਉਂਦੀ ਭਾਈ, ਮੈਂ ਕਹਿ ਦੂੰ ਵਿਕਰ ਨੂੰ ਫੜਨਾ, ਵਿਕਰ ਨੂੰ ਫੜੋ, ਧੀ ਭੈਣ ਦਾ ਇਹਦੇ 'ਚ ਕੀ ਕਸੂਰ ਹੈਗਾ?
ਚਲੋ ਠੀਕ ਹੈ ਜੀ, ਤੁਸੀਂ ਮੇਰੇ ਤੇ ਛੱਡ ਦਿਓ, ਬਸ ਤੁਸੀਂ ਆਪਦਾ ਪੁਲਿਸ ਨੂੰ ਤੁਸੀਂ ਰੋਕ ਲਓ ਜੀ। ਮੈਂ ਆਪੇ ਰੋਕ ਲੂੰਗਾ, ਤੁਸੀਂ ਆਪਦੀ ਤਿਆਰੀ ਕਰੋ ਵਿਆਹ ਦੀ। ਠੀਕ ਹੈ ਸਰਪੰਚ ਸਾਹਿਬ, ਕੁੜੀ ਕਿਰਾਏ ਘਰੇ ਜਾਂਦੀ ਹੋ ਜੇ, ਇਹ ਤਾਂ ਆਪਾਂ ਬਾਅਦ ਚ ਦੇਖਾਂਗੇ। ਹਾਂਜੀ ਹਾਂਜੀ, ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ ਜੀ। ਵੀ ਗੱਲ ਸੋਚਣ ਵਾਲੀ ਹੈ, ਇਹ 'ਚ ਕੁੜੀ ਦਾ ਵੀ ਕੀ ਕਸੂਰ ਆ, ਹੁਣ ਤਾਂ ਜਿਹੜੀ ਕਰਨ ਵਾਲੇ ਕਰਤੀ। ਚੱਲ ਮੈਂ ਤਾਂ ਨਹੀਂ ਕਿਸੇ 'ਤੇ ਮਾੜੀ ਕਰ ਸਕਦਾ, ਗੱਲਾਂ ਤਾਂ ਭੁੱਲਣ ਵਾਲੀਆਂ ਹੈ ਨਹੀਂ ਇਹ, ਪਰ ਕੋਈ ਗੱਲ ਨਹੀਂ, ਆਪਾਂ ਕੀ ਕਰਨੇ ਆ, ਰੱਬ ਦਾ ਦਿੱਤਾ ਸਾਰਾ ਕੁਛ ਆ ਮੇਰੇ ਕੋਲ। ਚੱਲ ਕੁੜੀ ਤਾਂ ਆਪਦੇ ਘਰੇ ਜਾਂਦੀ ਹੋਜੂ, ਇਹ ਤਾਂ ਮੇਰਾ ਫਰਜ਼ ਹੈਗਾ, ਇਹਨਾਂ ਦੀ ਗੱਲ ਦੱਸੋ, ਇਹਨਾਂ ਦੇਖੀ ਜਾਊਗੀ, ਬਾਅਦ 'ਚ ਦੇਖਾਂਗੇ ਕੀ ਬਣੂਗਾ। ਚੱਲ ਕੋਈ ਗੱਲ ਨਹੀਂ, ਆਪਾਂ ਫਿਰ ਕੁੜੀ ਇਹਦੇ ਬਾਹਰੋਂ ਖਾ ਦਿੰਦੇ ਹਾਂ, ਉਹ ਮੇਰਾ ਫਰਜ਼ ਬਣਦਾ ਗਾ। ਕੌਣ ਖੜਕਾਈ ਆ, ਇੰਨਾ ਜ਼ੋਰ ਨਾ ਕਰ ਵੀ ਇਸ ਵੇਲੇ ਯਾਰ, ਪਰ ਰਾਤ ਨੂੰ ਟਿਕ ਜਾਇਆ ਕਰੋ। ਚੱਲ ਤੂੰ ਸੌ ਯਾਰ, ਮੈਂ ਆ ਗਿਆ। ਉਹ ਫਿਕਰਾ ਤੂੰ? ਹਾਂ ਮੈਂ, ਤੈਨੂੰ ਪ੍ਰਧਾਨ ਜੀ, ਤੁਸੀਂ ਮੇਰੇ ਤੋਂ ਮੇਰੀ ਬਿੜਕੀ ਨਹੀਂ ਰਹੀ ਕਿਤੇ। ਉਹ ਬਿੜਕੀ ਲਵਾਂ, ਇੱਥੇ ਥਾਣੇਦਾਰ ਨਹੀਂ ਆਈ ਹੋਈ ਆ, ਨਵੀਂ ਆਈ ਹੋਈ ਆ। ਮੈਨੂੰ ਤਾਂ ਐਂ ਲੱਗੀ ਜਾਂਦਾ ਵੀ ਕਿਤੇ ਮੈਂ ਹੁਣ ਵੀ ਨਾ ਫੜਾ ਜਾਵਾਂ, ਅਤੇ ਤੁਸੀਂ ਮੇਰਾ ਬੰਦੋਬਸਤ ਤਾਂ ਕਰੋ, ਅਤੇ ਮੈਨੂੰ ਲੁਕੋ ਤਾਂ ਸਹੀ, ਹੁਣ ਕੈਦ ਨੂੰ ਹੋ ਗਿਆ, ਮੈਂ ਰੋਟੀ ਵੀ ਨਹੀਂ ਖਾਧੀ, ਦੇਖ ਲਾ ਭੁੱਖੇ। ਇੰਨੇ ਤਾਂ ਪੈਸੇ ਦਿੱਤੇ ਤੈਨੂੰ। ਉਹ ਪੈਸੇ ਸਾਰੇ ਖਰਚ ਹੋ ਗਏ, ਹੁਣ ਨਹੀਂ ਮੇਰੇ ਕੋਲ ਆਨਾ ਨਹੀਂ ਹੈਗਾ, ਅਤੇ ਮੈਂ ਤਾਂ ਆ ਕੱਪੜਾ ਵੀ ਕਿਸੇ ਹੋਰ ਕੇ ਲਿਆਇਆ, ਅਤੇ ਮੈਨੂੰ ਐਂ ਲੱਗਦਾ ਵੀ ਕੋਈ ਆ ਕੇ ਮੈਨੂੰ ਫੜ ਨਾ ਲਵੇ। ਫਿਰ ਉਹ ਤੂੰ ਇੱਥੇ ਆ ਕੇ ਗਲਤੀ ਕੀਤੀ ਹੈ, ਦੇ ਵਿਕਰ ਤੂੰ ਠੰਡੇ ਦਿਮਾਗ ਨਾਲ। ਹਾਂ ਦੱਸਾਂ, ਇੱਕ ਵਾਰ ਤੂੰ ਪੇਸ਼ ਹੋ ਜਾ। ਪੇਸ਼ ਹੋ ਜਾ? ਹਾਂ ਗੱਲ ਸੁਣ ਤੂੰ ਮੇਰੀ ਠੰਡੇ। ਨਾ ਪੇਸ਼ ਨਾ ਕਰੋ ਜੀ ਮੈਨੂੰ, ਯਾਰ ਪੇਸ਼ ਤੈਨੂੰ ਹੋਣਾ ਹੀ ਪਊਗਾ, ਇੱਕ ਵਾਰ ਤੂੰ ਪੇਸ਼ ਹੋ ਜਾ, ਅਤੇ ਉਦੋਂ ਬਾਅਦ ਮੈਂ ਆਪੇ ਸੰਭਾਲ ਲੂੰਗਾ। ਅਤੇ ਤੇਰੀ ਘਰ ਵਾਲੀ, ਤੇਰੀ ਪਾਗਲ ਘਰ ਵਾਲੀ, ਉਹ ਕੁੜੀ ਦਾ ਵਿਆਹ ਰੱਖਣ ਨੂੰ ਫਿਰਦੀ ਆ, ਉਹ ਮੈਂ ਪਾਗਲ ਹੈ, ਜੇ ਮੈਂ ਪੈਸੇ ਦੇ ਤੇ ਉਹਦੀ ਫੜਾ ਜਾਊਂਗਾ ਵੀ ਇਹਨਾਂ ਪ੍ਰਧਾਨ ਨੇ ਪੈਸੇ ਦਿੱਤੇ ਆ, ਮੈਨੂੰ ਇੱਕ ਵਾਰੀ ਜਵਾਬ ਦਿੱਤਾ ਸੀ। ਪ੍ਰਧਾਨ ਤੂੰ ਇੰਨਾ ਕੰਮ ਤਾਂ ਕਰ ਸਕਦਾ, ਮੇਰੀ ਧੀ ਦੇ ਵਿਆਹ ਦੇ ਵਿੱਚ ਤਾਂ ਤੂੰ ਖੜ ਸਕਦਾ ਯਾਰ। ਉਹਦਾ ਮੈਂ ਖੜ ਜੂੰਗਾ, ਪੰਕਜ ਜੀ ਮੈਂ ਪੈਸੇ ਲਾ ਤੇ ਉਹਦੀ ਸ਼ੱਕ ਹੋ ਜੂਗਾ, ਪ੍ਰਧਾਨ ਨੇ ਵੀ ਕੰਮ ਕਰਾਇਆ ਹੈ ਤਾਂ ਹਰ ਕਿ ਨਹੀਂ। ਤੂੰ ਇੱਕ ਵਾਰੀ ਜੇਲ੍ਹ 'ਚ ਜਾ, ਕੋਈ ਗੱਲ ਨਹੀਂ, ਤੇਰਾ ਬੰਦੋਬਸਤ ਮਾਫੀ ਕਰ ਦੂੰਗਾ। ਮੈਨੂੰ ਤਾਂ ਤੂੰ ਫਿਕਰ ਵੀ ਇਹ ਵੀ ਪਾਤਾ ਵੀ ਜੇ ਮੈਂ ਖੜ ਗਿਆ, ਜੇ ਮੈਂ ਪੈਸੇ ਦਿੱਤੇ ਤੇ ਹੋਰ ਪੈਸੇ ਕੌਣ ਦੇਊਗਾ, ਤੇਰੀ ਖਾਤਰ ਮੈਂ ਕੀ ਕੁਛ ਕਰਦਾ ਫਿਰਦਾ, ਮੈਂ ਤਾਂ ਭੁੱਖਾ ਪਿਆ ਹੋਇਆ, ਮਰਦਾ ਫਿਰਦਾ ਲੋਕਾਂ ਤੋਂ ਮੇਰੇ ਖਾਤਰ ਕਹਦਾ ਵਿਕਰ ਯਾਰ, ਮੈਂ ਤੈਨੂੰ ਐਂ ਥੋੜ੍ਹੀ ਗੋਲੀ ਚਲਾ ਤੂੰ ਜਾ ਕੇ ਉੱਥੇ, ਮੈਂ ਤੈਨੂੰ ਡਰਾਵਾ ਦੇਣਾ ਭੇਜਿਆ ਜੀ, ਮੈਂ ਤੈਨੂੰ ਗੋਲੀ ਚਲਾਉਣ ਵਾਸਤੇ ਨਹੀਂ ਕਿਹਾ, ਤੂੰ ਆਪ ਚਲਾਈ ਜਾ ਕੇ, ਤੇਰੀ ਮਰਜ਼ੀ ਆ, ਮੈਨੂੰ ਕੀ ਕਿਹਾ। ਮੈਂ ਦੇਖ ਮੈਂ ਤੈਨੂੰ ਡਰਾਉਣ ਵਾਸਤੇ ਕਿਹਾ ਸੀ ਵੀ ਡਰਾ ਕੇ ਆ, 4 ਰੁਪਏ ਜ਼ਮੀਨ ਆ ਤੈਨੂੰ ਦਲਾਲੀ ਦਊਂਗਾ, ਗੱਲ ਤਾਂ ਮੈਂ ਤੇਰੀ ਕਿਹਾ ਤੈਨੂੰ ਬਈ ਆ ਕਰਨ। ਵਿਕਰਾ ਮੇਰਾ ਮੂੰਹ ਨਾ ਖਲਾ ਯਾਰ, ਗੱਲ ਸੁਣ ਲੈ, ਮੈਂ ਤੇਰਾ ਇਹਦਾ ਬਹੁਤ ਪੱਖ ਲਈ ਹੈ ਨਾ, ਦੇਖ ਲਾ ਮੈਂ ਉਹ ਮੰਤਰੀ ਨੂੰ ਕਹਿ ਕੇ ਕਿ ਨਾ ਪੁਲਿਸ ਨੂੰ ਟਾਲੀ ਜਾਂਦਾ, ਹੁਣ ਤੇਰੇ ਘਰ ਵਾਲੇ ਸਾਰੇ ਟੱਬਰ ਨੂੰ ਚੱਕ ਕੇ ਲੈ ਜਾਂਦੀ ਪੁਲਿਸ ਜੇ ਮੈਂ ਨਾ ਕਹਿੰਦਾ। ਪ੍ਰਧਾਨ ਜੀ ਹੁਣ ਤੁਹਾਡੀਆਂ ਗੱਲਾਂ ਤੋਂ ਮੈਨੂੰ ਬਦਲੇ ਬਦਲੇ ਲੱਗਦੇ ਹੋ ਤੁਸੀਂ, ਦੇਖੋ ਮੈਂ ਤਾਂ ਕਦੇ ਚਿੜੀ ਦੇ ਡੱਕਾ ਨਹੀਂ ਸੀ ਮਾਰਿਆ, ਤੇ ਤੁਸੀਂ ਮੈਨੂੰ ਪਿਸਤੌਲ ਫੜਾ ਕੇ ਦਿੱਤਾ, ਗਾਹਾਂ ਉਹ ਪਿਸਤੌਲ ਚੱਲ ਗਿਆ, ਨਾਲ ਤੁਸੀਂ ਇਹ ਵੀ ਕਿਹਾ ਵੀ ਖਾਲੀ ਹੈ, ਤੇ ਜਦੋਂ ਗਾਹਾਂ ਘੋੜਾ ਦੱਬਿਆ ਗਿਆ ਤੇ ਬੰਦੇ ਦਾ ਕਾਤਲ ਹੋ ਗਿਆ, ਮੈਂ ਤਾਂ ਉਹੀ ਨਹੀਂ ਕਦੇ ਚਿੜੀ ਦੇ ਡੱਕਾ ਮਾਰਿਆ, ਤੁਸੀਂ ਕਮਾਲ ਦੇ ਬੰਦੇ, ਮੈਥੋਂ ਬੰਦਾ ਮਰਵਾ ਕੇ ਰੱਖਤਾ। ਉਹ ਤੇਰੀ ਗੱਲ ਠੀਕ ਆ, ਇਹ ਕਦੋਂ ਮਾੜੇ ਦਿਨ ਆਇਆ ਹੁੰਦਾ ਨਾ, ਕਦੋਂ ਉੱਠ ਤੇ ਬੈਠੇ ਨੂੰ ਕੁੱਤਾ ਕੱਟ ਜਾਂਦਾ, ਉਹ ਗੱਲ ਹੋਈ ਆ ਉਹਦੇ ਨਾਲ, ਤੇ ਹੁਣ ਯਾਰ ਫਿਰ ਗੱਲ ਸੁਣ ਲੈ, ਮੇਰਾ ਨਾਮ ਨਹੀਂ ਆਉਣਾ ਚਾਹੀਦਾ, ਪੈਸੇ ਭਾਵੇਂ ਤੂੰ ਹੋਰ ਲੈ ਆ। ਹਾਂ ਇਦੋਂ ਬਾਅਦ ਨਹੀਂ ਪੈਸੇ ਦੇਣੇ ਮੈਂ। ਦੇਖੋ ਮੇਰੀ ਗੱਲ ਸੁਣੋ, ਮੇਰੀ ਧੀ ਦੇ ਵਿਆਹ 'ਚ ਬਿਨਾਂ ਕੋਈ ਵਿਘਨ ਪਵੇ ਤੇ ਮੈਂ ਤੁਹਾਨੂੰ ਜੇਲ੍ਹ 'ਚ ਭੇਜ ਦਿਓ, ਮੈਨੂੰ ਕੋਈ ਦਿੱਕਤ ਨਹੀਂ, ਪਰ ਮੇਰੀ ਧੀ ਦਾ ਵਿਆਹ ਤਾਂ ਹੋ ਜਾਣ ਦਿਓ, ਉੱਥੇ ਤਾਂ ਤੂੰ ਪੂਰਾ ਡਟ ਕੇ ਖੜ ਜਾ।
ਉਹ ਯਾਰ ਮੈਂ ਡਰਦਾ ਜੇ 4 ਰੁਪਏ ਮੈਂ ਦੇ ਦੇਣਾ ਪੰਗਾ ਇਹ ਟੈਕਸ ਵਾਲਾ ਬਹੁਤ ਕੰਜਕਲਾ 1 ਰੁਪਏ ਦਾ ਹਿਸਾਬ ਰੱਖਣਾ ਪੈਂਦਾ ਮੈਨੂੰ ਨਾ ਫਿਰ ਚੰਨੀ ਮੈਂ ਤੇਰੀ ਖਾਤਰ ਜੇਲ੍ਹ 'ਚ ਭੱਗ ਜਾਂ ਅਤੇ ਤੂੰ ਮੇਰੀ ਧੀ ਦਾ ਵਿਆਹ ਵੀ ਨਹੀਂ ਉੱਠ ਸਕਦਾ ਖਰਾਬ ਕੀਤਾ ਪਿਆ ਯਾਰ ਉਹ ਮੈਂ ਤੈਨੂੰ ਮਾਰਨ ਵਾਸਤੇ ਥੋੜ੍ਹੀ ਕਿਹਾ ਸੀ ਤੂੰ ਗਲਤ ਕੰਮ ਤੂੰ ਤੇਥੋਂ ਗਲਤੀ ਹੋਈ ਮੈਂ ਇਹਨੂੰ ਭੁਗਤਾਂ ਥੋੜ੍ਹੀ ਯਾਰ ਯਾਰ ਬੜਾ ਗੱਲ ਨਹੀਂ ਮੈਂ ਤੈਨੂੰ ਪੈਸੇ ਦਿੰਦਾ ਤੂੰ ਜਾ ਤੂੰ ਇੱਕ ਵਾਰੀ ਪੇਸ਼ ਹੋ ਜਾਈ ਅਤੇ ਜੇਲ੍ਹ 'ਚ ਜਾ ਤੂੰ ਕੋਈ ਗੱਲ ਨਹੀਂ ਮੈਂ ਜ਼ਮਾਨਤ ਕਰਾਊਂ ਤੇਰੀ ਠੀਕ ਹੈ ਜਵਾਬ ਕਰਾ ਲੋਗੇ ਮੇਰਾ ਨਾਮ ਨਹੀਂ ਆਉਣਾ ਚਾਹੀਦਾ ਖਾਤਮਾ ਕਰਨ ਆਏ ਆਈ ਹੈ ਰਾਤ ਦੇ 2 ਵਜੇ ਪਏ ਨੇ ਕੌਣ ਹੈ ਜਾਂ ਰੱਬਾ ਆ ਜਾ ਨਾ ਤੂੰ ਕਿੱਥੇ ਮਰ ਗਿਆ ਸੀ ਮੈਂ ਮਰ ਗਿਆ ਮੈਂ ਕਹਿ ਮੇਰੇ ਭਾਵੇਂ ਤਾਂ ਤੂੰ ਮਰੀ ਗਿਆ ਸੀ ਉਹ ਤੇਰੇ ਭਾਅ ਦਾ ਤਾਂ ਮਰ ਗਿਆ ਸੀ ਮੈਂ ਹਾਂ ਤਾਂ ਜਿਉਂਦਾ ਹੀ ਪਰ ਤੈਨੂੰ ਸੇਤੀ ਸਿਆਣ ਆ ਗਈ ਵਧੀਆ ਰਹੀ ਮੈਨੂੰ ਤਾਂ ਐਂ ਸੀ ਕਿਤੇ ਐਂ ਨਾ ਕਹਿੰਦੇ ਵੀ ਚੋਰ ਆ ਗਿਆ ਚੋਰ ਆ ਗਿਆ ਮੈਂ ਕੀ ਕਰਾਂ ਪਛਾਣ ਹੁਣ ਤੇ ਬੰਦੇ ਦੀ ਪਛਾਣ ਵੀ ਨਾ ਹੋਵੇ ਮੈਂ ਤਾਂ ਤੇਰੀ ਜੁੱਤੀ ਸਿਆਣ ਲਈ ਸੀ ਮੈਂ ਤਾਂ ਇਸ ਕਰਕੇ ਨਹੀਂ ਬੋਲੀ ਤੇ ਆ ਟਾਈਮ ਬੜਾ ਪਰੂ ਪਤਾ ਰਹੇਗਾ ਤੈਨੂੰ ਪਤਾ ਹੈ ਮੇਰੇ ਮਗਰ ਕਿਵੇਂ ਪੁਲਿਸ ਲੱਗੀ ਫਿਰਦੀ ਹੈ ਮੈਨੂੰ ਤਾਂ ਥਾਂ ਥਾਂ ਭਾਲ ਦੇ ਤੁਰੇ ਫਿਰਦੇ ਨੇ ਮੈਂ ਤਾਂ ਉਸ ਦਿਨ ਦਾ ਜਿੱਦ ਦਿਨ ਦਾ ਕਾਤਲ ਹੋਇਆ ਲੁਕਦਾ ਫਿਰਦਾ ਤੇ ਹੁਣ ਚੰਨੀ ਵੀ ਮੈਨੂੰ ਰਾਹ ਨਹੀਂ ਦਿੰਦਾ ਤੇ ਨਾ ਨਾ ਲੱਗ ਜਾ ਚੰਨੀ ਦੇ ਮਗਰ ਤੈਨੂੰ ਮੈਂ ਬੜਾ ਸਮਝਾਇਆ ਵੀ ਇੱਕ ਨਾ ਇੱਕ ਦਿਨ ਤੇਰੇ ਅੱਖਾਂ ਤੋਂ ਪੱਟੀ ਖੁੱਲ ਜਾਣੀ ਆ ਆ ਜਿਹੜੀਆਂ ਤੂੰ ਬੈਲਪਣੇ ਕਰ ਦੇਂਗਾ ਮੈਂ ਪ੍ਰਧਾਨ ਬਣੂ ਨਾ ਲੈ ਖਾ ਲਾ ਹੁਣ ਪ੍ਰਧਾਨਗੀ ਦੀ ਖੱਟਿਆ ਸਦਰ ਚੰਨੀ ਨੂੰ ਹੁਣ ਤੂੰ ਹੌਲੀ ਤਾਂ ਬੋਲ ਜੇ ਪਤਾ ਲੱਗ ਗਿਆ ਕਿਸੇ ਆਂਢੀਆਂ ਗੁਆਂਢੀਆਂ ਨੂੰ ਕਿਸੇ ਨੇ ਦੱਸ ਦੇਣਾ ਵੀ ਘਰੇ ਆਇਆ ਹੋਇਆ ਤੇ ਪੁਲਿਸ ਉਹਦੀ ਆ ਜਾਣੀ ਹੈ ਕਿਸੇ ਪਾਸੋਂ ਹੌਲੀ ਬੋਲ ਕੇ ਗੱਲ ਕਰ ਲੈ ਐਂ ਕਿਵੇਂ ਕਰ ਲਾਂ ਮੇਰੇ ਲੱਗੇ ਵੀ ਅੱਗ ਕੰਜਰਾ ਤੈਨੂੰ ਮੋਬਾਈਲ ਵੀ ਬੰਦ ਕਰ ਲਿਆ ਤਾਂ ਮੈਨੂੰ ਪਰਵਾਉਣਾ ਸੀਗਾ ਕੰਮ ਸੇ ਕੰਮ ਮੈਨੂੰ ਦੱਸਤਾ ਦਿੰਦਾ ਵੀ ਮੈਂ ਕੀ ਕੰਮ ਕਰਨ ਚੱਲਿਆ ਤੈਨੂੰ ਬਹੁਤ ਰੋਕਿਆ ਤੂੰ ਮੇਰੀ ਇੱਕ ਨਿਮਨ ਇੱਕ ਤੈਂ ਤਾਂ ਨਾਲੇ ਮੈਨੂੰ ਪੱਟ ਤਾਂ ਜਮੀ ਹੈ ਨਾਲੇ ਪਿੰਡ ਦੇ ਵਿੱਚ ਹੋ ਗਈ ਪੱਟੀ ਮੇਸ ਆਪਣੀ ਉਹ ਮੈਨੂੰ ਨਹੀਂ ਸੀ ਪਤਾ ਨਾਲੇ ਮੈਂ ਤਾਂ ਪ੍ਰਧਾਨ ਦੀਆਂ ਬਹੁਤ ਮਿੰਨਤਾਂ ਕਰੀਆਂ ਸੀ ਮੈਂ ਤਾਂ ਕਦੇ ਚਿੜੀ ਦੇ ਡੱਕਾ ਨਹੀਂ ਮਾਰਿਆ ਤੂੰ ਮੈਨੂੰ ਪਿਸਤੌਲ ਫੜਾਈ ਜਾਂਦਾ ਪਰ ਉਹਨੇ ਪਿਸਤੌਲ ਦੇ ਵਿੱਚ ਕਹਿੰਦਾ ਕੁਛ ਨਹੀਂ ਹੈਗਾ ਬਸ ਤੂੰ ਕੱਲਾ ਖਾਲੀ ਦਿਖਾ ਦੀ ਜਦੋਂ ਮੈਂ ਖਾਲੀ ਦਿਖਾਉਣ ਲੱਗਾ ਮੈਨੂੰ ਗੁੱਸਾ ਆ ਗਿਆ ਤੇ ਮੈਂ ਬਟਨ ਵੀ ਦੱਬਤਾ ਸਾਲਾ ਚੱਲ ਗਿਆ ਬਸ ਚੱਲਿਆ ਉਹਦੇ ਮੱਥੇ 'ਚ ਵੱਜਿਆ ਮੁੰਡੇ ਦੇ ਮਰ ਗਿਆ ਥਾਂ 'ਤੇ ਐਵੇਂ ਮਰ ਜਾ ਨਾ ਮੈਨੂੰ ਕਮ ਸੇ ਕਮ ਤੂੰ ਦੱਸਤਾ ਜਾਂਦਾ ਵੀ ਮੈਥੋਂ ਆਹ ਕਾਂਡ ਹੋ ਗਿਆ ਮੈਂ ਕੋਈ ਨਾ ਕੋਈ ਗੱਲ ਮਾੜੀ ਮੋਟੀ ਓਟਰਾਂ ਦੀ ਥਾਣੇ ਦਰਬਾਰੀ ਤੱਕ ਖਬਰ ਗੱਲ ਨਾ ਹੀ ਜਾਂਦੀ ਮੈਂ ਉਸੇ ਚੰਨੀ ਦੇ ਜਾ ਕੇ ਜਾਣ ਨੂੰ ਰੋਂਦੀ ਵੀ ਹੁਣ ਤੂੰ ਕਰ ਹੀ ਲੈ ਸਾਡਾ ਕੀ ਕਰਦਾ ਹੁਣ ਤੂੰ ਸਾਰੀਆਂ ਗੱਲਾਂ ਛੱਡ ਹੁਣ ਤੂੰ ਐਂ ਦੱਸ ਆਪਣੀ ਗੁੜੀਆ ਤਾਂ ਠੀਕ ਹੈ ਉਹਦੇ ਵਿਆਹ ਦਾ ਕੀ ਸਿਸਟਮ ਹੈ ਜੇ ਤੈਨੂੰ ਕੁੜੀ ਦੇ ਵਿਆਹ ਦਾ ਫਿਕਰ ਹੁੰਦਾ ਨਾ ਤੂੰ ਐਡਾ ਵੱਡਾ ਕੰਮ ਕਰਦਾ ਨਹੀਂ ਸੀਗਾ ਤੈਨੂੰ ਬਹੁਤ ਸਮਝਾਇਆ ਵੀ ਤੂੰ ਇਸ ਕਰਕੇ ਕੁੜੀ ਦਾ ਵਿਆਹ ਕਰ ਦੇ ਤੇਰਾ ਕੀ ਪਤਾ ਤੂੰ ਜਿਹੜੀਆਂ ਪਾਰਟੀਆਂ ਬਾਜ਼ੀ ਵਿੱਚ ਰਲ ਗਿਆ ਕੀ ਹੋ ਜੇ ਮੈਨੂੰ ਇਹ ਨਹੀਂ ਸੀ ਪਤਾ ਵੀ ਚੰਨੀ ਪ੍ਰਧਾਨ ਇੰਨਾ ਬਦਲ ਜੂ ਨਾਲੇ ਮੈਨੂੰ ਕੇਸ ਵੀ ਸਾਹਮਣੇ ਪੈਣਗੇ ਨਾਲੇ ਕਾਤਲ ਦਾ ਕੇਸ ਸਾਹਮਣਾ ਹੋ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਮੈਨੂੰ ਤਾਂ ਉਹ ਕਹਿੰਦਾ ਸੀ ਵੀ ਆਪਾਂ ਬੜੇ ਰੁਪਈਆਂ ਵਾਲੇ ਹੋ ਜਾਾਂਗੇ ਬਹੁਤ ਸਾਰਾ ਰੁਪਈਆ ਹੋ ਜੂ ਆਪਣੇ ਕੋਲੇ ਚੱਲ ਮੇਰੇ ਕੋਲੇ ਬਾਲੀਆਂ ਤੂੰ ਆ ਗੱਲਾਂ ਦੇ ਨਾਟਕ ਜੇ ਨਾ ਕਰ ਤੈਨੂੰ ਸਾਰੀ ਗੱਲ ਦਾ ਚਾਨਣ ਸੀ ਕੀ ਹੋਊ ਕੀ ਨਹੀਂ ਹੋਊਗਾ ਤੈਨੂੰ ਮੈਂ ਕਿਹਾ ਸੀ ਮੈਂ ਕਿਹਾ ਪਾਰਟੀਬਾਜ਼ੀ 'ਚ ਰੱਖਦਾ ਤੈਨੂੰ ਮਰਵਾ ਕੇ ਰੱਖ ਦੂੰ ਨਾਲੇ ਉਹੀ ਚੰਨੀ ਤੇਰੇ ਕੋਲੇ ਵੀ ਨਹੀਂ ਖੜਨਾ ਨਾ ਹੁਣ ਕਰ ਲੈ ਚੰਨੀ ਨੂੰ ਫੋਨ ਸੱਦ ਲੈ ਉਸ ਨੂੰ ਮੈਂ ਚੰਨੀ ਕੋਲੋਂ ਆਇਆ ਐਂ ਤਾਂ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਹੁਣ ਗੱਲ ਸੁਣ ਲੈ ਵੀ ਕੁੜੀ ਦੇ ਵਿਆਹ ਵੇਲੇ ਨਾ
ਚੰਨੀ ਪ੍ਰਧਾਨ ਕੋਲੇ ਵਗ ਜੀ ਤੇ ਉਹ ਆਪਾਂ ਨੂੰ ਜ਼ਿਆਦਾ ਖਰਚਾ ਪਾਣੀ ਦੇ ਦੂਗਾ। ਮੈਂ ਚੰਨੀ ਦੀ ਜਾਨ ਨੂੰ ਰੋ ਕੇ ਆਈ ਆ, ਜਾ ਕੇ ਆਈ ਆ। ਹੁਣ ਤਾਂ ਮੇਰੀ ਇੱਕ ਨੇ ਸੋਹਣੀ ਤੀਨ ਆਦਮੀ ਨੇ, ਠੀਕ ਹੈ, ਉਹ ਤਾਂ ਕਹਿੰਦਾ ਮੇਰੇ ਲੱਭੇ ਦੀ ਪਿਆ ਸਾਰਾ 30,000 ਹੈ, ਲੈ ਜਾਣਾ ਲੈ ਜਾ, ਨਹੀਂ ਤੇਰੀ ਮਰਜ਼ੀ। ਮੇਰੇ ਮੂੰਹ ਤੇ ਹੁਣ ਸਾਰੀਆਂ ਗੱਲਾਂ ਕਰੀਆਂ ਨੇ, ਤੂੰ ਪਹਿਲਾਂ ਗਈ ਹੋਵੇਗੀ ਵੱਖਰੀ ਗੱਲ ਹੈ, ਪਰ ਜਿਹੜੀ ਅੱਜ ਰਾਤ ਨੂੰ ਹੁਣ ਮੈਂ ਗੱਲ ਕਰਕੇ ਆਇਆ, ਮੈਂ ਚੰਨੀ ਕੋਲੇ ਆਇਆ ਹੁਣ, ਪਰ ਉਹਨੇ ਮੈਨੂੰ ਘਰੇ ਨਹੀਂ ਰੱਖਿਆ, ਜਿਹੜਾ ਮੇਰਾ ਦਿਲ ਡਰਦਾ ਕਿ ਕਿੱਥੇ ਮੇਰੀਆਂ ਇੰਨੀਆਂ ਹਾਮੀਆਂ ਭਰਦਾ ਸੀ, ਪਰ ਮੈਨੂੰ ਅੱਜ ਘਰੇ ਵੀ ਨਹੀਂ ਰੱਖਿਆ। ਦੇਖ ਲੈ ਫਿਰ, ਉਸ ਚੰਨੀ ਨੇ ਤੇਰੀ ਰਾਤ ਵੀ ਨਹੀਂ ਕਟਾਈ, ਕਿਉਂਕਿ ਹੁਣ ਤਾਂ ਤੈਨੂੰ ਡਰ ਲੱਗਦਾ, ਹੁਣ ਤਾਂ ਤੂੰ ਹੀ ਚੰਨੀ ਭਰ ਮੇਰੇ ਭੂਤ ਬਣ ਕੇ ਖੜ ਗਿਆ। ਜੇ ਗੱਲ ਸੁਣ ਲੈ, ਇਹ ਤੋਂ ਪ੍ਰਧਾਨ ਤੋਂ ਪੈਸੇ ਫੜ ਲਈ ਤੇ ਕੁੜੀ ਦੇ ਵਿਆਹ 'ਚ ਕੋਈ ਅੜਕਣ ਨਾ ਆ ਜੇ, ਇਹ ਸਾਰੇ ਪੈਸੇ ਦੇ ਦੂਗਾ। ਮੇਰੀ ਗੱਲ ਸੁਣ ਲੈ, ਮੈਂ ਚੰਨੀ ਕੋਲ ਜਾ ਆਈ ਆ ਤੇ 30 ਨੂੰ ਹਾਂ ਕੀਤੀ ਆ, ਅੱਗ ਲੱਗਾ ਤਾਂ 30,000 ਰੁਪਇਆ, ਮੈਂ ਤਾਂ ਸਰਪੰਚ ਜਿਉਂਦਾ ਰਹੇ ਵਿਚਾਰੇ ਨੇ ਜਿਹਨੇ 6-7 ਲੱਖ ਨੂੰ ਹਾਂ ਵੀ ਕਰਤੀ, ਮੇਰਾ ਸਰਪੰਚ ਵਿਆਹ ਕਰੋ ਮੇਰੀ ਕੁੜੀ ਦਾ ਸਰਪੰਚ। ਉਹ ਸਰਪੰਚ ਤੋਂ ਕੋਲੇ ਨਾ ਜਾ, ਜਦੋਂ ਮੈਂ ਕਹਿੰਦਾ ਤੈਨੂੰ ਚੰਨੀ ਪ੍ਰਧਾਨ ਦਿਓ, ਆਪਾਂ ਸਰਪੰਚ ਕੋਲੇ ਨੀਵੇਂ ਹੋਣਾ ਤੇ ਨਾਲੇ ਆਇਆ ਸੋਣਾ, ਹੁਣ ਤੂੰ ਮੈਨੂੰ ਬਾਲਾ ਝਰਨਾ ਵਹਾ ਕਿਤੇ ਆਪਾਂ ਨੂੰ ਦੋਨਾਂ ਨੂੰ ਫੜ ਕੇ ਲੈ ਜਾਣਾ, ਪੁਲਿਸ ਦਾ ਕੋਈ ਭਰੋਸਾ ਨਹੀਂ। ਪੁਲਿਸ ਤਾਂ ਆ ਕੇ ਗਈ ਹੈ, ਕਹਿੰਦੀ ਬਿੱਕਰ ਸਿੰਘ ਨੂੰ ਪੇਸ਼ ਕਰ ਦੇ ਆਥਣ ਨੂੰ, ਤੇ ਨਹੀਂ ਤਾਂ ਤੈਨੂੰ ਗੁੱਤਮੀ ਘੜੀਸਕ ਲੈ ਕੇ ਜਾਊਂਗੀ। ਪਤਾ ਲੇਡੀ ਪੁਲਿਸ ਉਹ ਕਿੰਨੀ ਭੈੜੀ ਹੈਗੀ, ਬਹੁਤ ਜ਼ਿਆਦੇ ਤਾਂ ਪੈ, ਉਸ ਦਾ ਤਾਂ ਉਹਦੇ ਤਾਂ ਅੱਖਾਂ ਤੋਂ ਡਰ ਲੱਗਦਾ। ਤੂੰ ਐਂ ਕਰ ਫਿਰ, ਚੰਗਾ ਜੇ ਕੁੱਟ ਚਾਹ ਦੀ ਬਣਾਉਣ ਦੀ ਤਾਂ ਵਧੀਆ ਸੀ, ਚੱਲ ਚੱਲ ਕੋਈ ਨਾ, ਚਾਹ ਦੀ ਕੁੱਟ ਤਾਂ ਮੈਂ ਬਣਾ ਦੀਆਂ, ਫਿਰ ਵੀ ਬੰਦਾ ਹੈਗਾ, ਨਾਲੇ ਤਾਂ ਚਾਹ ਦੀ ਕੁੱਟ ਬਣਾ ਕੇ ਦਿੰਦੀ ਹਾਂ, ਨਾਲੇ ਰੋਟੀਆਂ ਪਈਆਂ ਨੇ ਦੋ, ਉਹ ਵੀ ਖਾ ਜਾ, ਕੀ ਪਤਾ ਹੁਣ ਤੂੰ ਭੁੱਖਾ ਤੇ ਹਾਂ, ਕਈ ਇੱਕ ਦਿਨਾਂ ਦਾ ਫਿਰਦਾਂਗਾ, ਮੈਂ ਜਾਂਦੀ ਹਾਂ। ਧੰਨਵਾਦ, ਜਿਉਂਦੀ ਰਹਿ, ਮੈਨੂੰ ਤਾਂ ਅੱਜ ਪਤਾ ਕਿੰਨੇ ਦਿਨ ਹੋ ਗਏ ਰੋਟੀ ਵੀ ਨਹੀਂ ਖਾਧੀ। ਭਾਈ ਜੀ ਤੁਸੀਂ ਤੁਸੀਂ ਕੌਣ ਜੀ ਇਸ ਵੇਲੇ? ਕੋਈ ਨੀ, ਤੈਨੂੰ ਥਾਣੇ ਲਿਜਾ ਕੇ ਦੱਸਦੇ ਆ ਵੀ ਕੌਣ ਹੈ।